आप सब माई भाई जितने भी सतगुरु जी की पवित्र हजूरी विच पहुंचे हो, सारे अपनी रसना की सफलता वास्ते शब्द विच बोलने की खेचल करो। हर रोज वांग पहले हिस्से विच दास बोलेगा, दूसरे हिस्से विच सब भाई और तीसरे हिस्से विच सब बीबियां भी शब्द विच बोल के अपनी रसना पवित्र बना। दाना बिना दाना बिना दाना बिना जी मैं दरिया हूँ, मेरा दाना बिना जी सारियां बीबियां बोलो भाई दरिया ओ मेरा दाना बिना दाना बिना दाना बिना दी तू है दरिया ओ मेरा दाना बिना दी आओ दाना बिना मैं मछली कैसे अंतल हां,
ਜਹ ਜਹ ਦੇਖਾਂ ਤਹਿ ਤਹਿ ਤੂੰ ਹੈ ਤੁਝ ਤੇ ਨਿਕਸੀ ਫੂਟ ਮਰਾਂ ਨਾ ਜਾਣਾ ਮੇਓ ਨਾ ਜਾਣਾ ਜਾਲੀ ਜਾ ਦੁੱਖ ਲਾਗੈ ਤਾਂ ਤੁਝੈ ਸੰਭਾਲੀ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕਿਛ ਕਰੀ ਸੋ ਤੇਰੇ ਹਦੂਰ ਤੂੰ ਦੇਖੈ ਹਮ ਕਿਰਪਾਉ ਤੇਰਾ ਕੰਮ ਨਾ ਤੇਰਾ ਨਾ ਏ ਜੇ ਤਾ ਦੇ ਤੇ ਤਾਹੋ ਖਾਓ ਬਿਆਦਰ ਨਾਹੀਂ ਕੈਦਰ ਜਾਓ ਦਾਨਾ ਬਿਨਾ ਦਾਨਾ ਬਿਨਾ ਦਾਨਾ ਬਿਨਾ ਜੀ ਮੈਂ ਦਰਿਆਓ ਮੇਰਾ ਦਾਨਾ ਬਿਨਾ ਜੀ ਦਰਿਆਓ ਮੇਰਾ ਦਾਨਾ ਬਿਨਾ ਜੀ ਕਹੇ ਅਰਦਾਸ ਜਿਉ ਪਿੰਡ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਝ ਮਿਆਨੂ ਆਪੇ ਵੇਖੈ ਸੁਣੈ ਆਪੇ ਹੀ ਕੁਦਰਤ ਕਰੇ ਜਹਾਨੂ ਜੋ ਤਿਸ ਭਾਵੈ ਨਾਨਕ ਹੁਕਮ ਸੋਈ ਪਰਵਾਨੋ ਦਾਨਾ ਬਿਨਾ ਦਾਨਾ ਬਿਨਾ ਦਾਨਾ ਬਿਨਾ ਜੀ ਹੈ ਦਰਿਆਓ ਮੇਰਾ ਦਾਨਾ ਬਿਨਾ ਜੀ ਦਰਿਆਓ ਮੇਰਾ ਦਾਨਾ ਬਿਨਾ ਜੀ ਦਾਨਾ ਬਿਨਾ ਦਾਨਾ ਬਿਨਾ ਦਾਨਾ ਬਿਨਾ ਜੀ ਮੈਂ ਦਰਿਆਓ ਮੇਰਾ ਦਾਨਾ ਬਿਨਾ ਜੀ ਕਾਫੀ ਸਮੇਂ ਤੋਂ ਸ
ਆਪ ਸਤਿਗੁਰਾਂ ਦੇ ਸਤਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਕਲਯੁਗ ਦੇ ਸਮੇਂ ਦੀ ਉੱਤਮ ਭਗਤੀ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹੋ। ਰਹਿੰਦੇ ਸਮੇਂ ਤੋਂ ਵੀ ਲਾਭ ਉਠਾਉਣ ਦਾ ਯਤਨ ਕਰੋ। ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ। ਬੁੱਧ ਨੂੰ ਸ਼ਬਦ ਔਰ ਵਿਚਾਰ ਦੇ ਸਨਮੁਖ ਕਰੋ ਤਾਂ ਜੋ ਗੁਰਮਤਿ ਦੇ ਵਿਚਾਰ ਆਪਣੇ ਹਿਰਦੇ ਅੰਦਰ ਵੱਸ ਜਾਵੇ। ਆਪਣਾ ਇੱਥੇ ਆਉਣ ਦਾ ਪ੍ਰਯੋਜਨ ਇਹੋ ਹੀ ਹੈ। ਫਿਰ ਇੱਥੇ ਆ ਕੇ ਕਰਨਾ ਕੀ ਹੈ? ਜੋ ਸਾਡੇ ਵਾਸਤੇ ਸਤਿਗੁਰੂ ਜੀ ਨੇ ਗੁਰਮਤਿ ਦਾ ਉਪਦੇਸ਼ ਬਖਸ਼ਿਆ ਹੈ, ਸਾਡੇ ਗੁਰੂ ਸਾਹਿਬਾਨ ਦੀ ਸਿੱਖਿਆ, ਉਸਨੂੰ ਗ੍ਰਹਿਣ ਕਰਨਾ। ਕਿਉਂਕਿ ਗੁਰੂ ਕੀ ਪਵਿੱਤਰ ਬਾਣੀ ਔਰ ਗੁਰੂ ਕਾ ਪਵਿੱਤਰ ਉਪਦੇਸ਼, ਗੁਰੂ ਕਾ ਸ਼ਬਦ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਮਹਾਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੀ। ਸਰ ਸੰਗਤ ਇਸ ਕਲਯੁਗ ਦੇ ਸਮੇਂ ਵਿੱਚ ਸਾਡੀ ਕਲਿਆਣ ਦਾ ਸਾਧਨ ਸਾਡੇ ਵਾਸਤੇ ਤਾਂ ਇਹੋ ਹੀ ਹੈ, ਗੁਰੂ ਕਾ ਪਵਿੱਤਰ ਉਪਦੇਸ਼, ਗੁਰੂ ਕੀ ਪਵਿੱਤਰ ਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਉਹਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਜਿਹੜੇ ਗੁਰੂ ਕਾ ਵਚਨ ਮੰਨਦੇ ਨੇ। ਹੁਣ ਸਾਡੇ ਵਾਸਤੇ ਗੁਰੂ ਕਾ ਹੁਕਮ ਕੀ ਹੈ? ਇੱਕ ਓਅੰਕਾਰ ਤੋਂ ਲਾ ਕੇ 18, 10, 20 ਤੱਕ ਜਿਤਨੀ ਵੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ, ਇਹ ਸਾਡੇ ਵਾਸਤੇ ਗੁਰੂ ਕੀ ਆਗਿਆ ਹੈ। ਗੁਰਬਾਣੀ ਕਹੈ, ਸਤਿਗੁਰੂ ਜੀ ਸਾਨੂੰ ਉਪਦੇਸ਼ ਦੇ ਰਹੇ ਨੇ, ਪਰ ਉਹਨਾਂ ਦੇ ਸੇਵਕ ਸਿੱਖ ਹੋਣ ਦੇ ਨਾਤੇ ਸੇਵਕ ਜਨ ਮਾਨੈ। ਆਪਾਂ ਨੇ ਉਸ ਉਪਦੇਸ਼ ਨੂੰ ਮੰਨਣਾ ਹੈ। ਜੇ ਮੰਨ ਲਵਾਂਗੇ ਫਿਰ ਗੁਰੂ ਪ੍ਰਤੱਖ ਹੀ ਸਾਡੇ ਕਲਿਆਣ ਕਰ ਦੇਵੇਗਾ, ਇਹਦੇ ਵਿੱਚ ਕੋਈ ਰੰਚਕ ਮਾਤਰ ਵੀ ਸੰਦੇਹ ਨਹੀਂ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਗੁਰੂ ਕੇ ਬਚਨ, ਗੁਰੂ ਕਾ ਪਵਿੱਤਰ ਉਪਦੇਸ਼, ਗੁਰੂ ਕਾ ਸ਼ਬਦ, ਸਾਰ ਸੰਗਤ ਸਾਡੇ ਵਾਸਤੇ ਹੈ ਜਹਾਜ਼ ਰੂਪ। ਸਾਨੂੰ ਸੰਸੇ ਦੇ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਆਪਾਂ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਨ ਲਈ ਗੁਰੂ ਕੇ ਸ਼ਬਦ ਦੇ ਨਾਲ ਜੁੜਨਾ ਹੈ, ਆਪਣੇ ਹਿਰਦੇ ਅੰਦਰ ਇਸ ਨੂੰ ਵਸਾਉਣਾ ਹੈ। ਗੁਰੂ ਕੀ ਪਵਿੱਤਰ ਬਾਣੀ, ਗੁਰੂ ਕਾ ਪਵਿੱਤਰ ਉਪਦੇਸ਼, ਜੋ ਆਪਾਂ ਪਿਛਲੇ ਦਿਨਾਂ ਤੋਂ ਵਿਚਾਰਾਂ ਕਰਦੇ ਆ ਰਹੇ ਹਾਂ,
ਨਾ ਸੁਣਨਾ ਹੈ ਸ਼ਰਧਾ ਔਰ ਪ੍ਰੇਮ ਦੇ ਨਾਲ ਅਗਲੀ ਸਟੇਜ ਇਸ ਨੂੰ ਮੰਨ ਲੈਣਾ ਹੈ। ਮਨ ਵਿੱਚ ਭਾਵ ਸ਼ਰਧਾ ਔਰ ਪ੍ਰੇਮ ਧਾਰਨ ਕਰਕੇ ਉਹਦੇ ਉੱਪਰ ਕਰਨਾ ਹੈ ਅਮਲ। ਸਾਨੂੰ ਕਿਸੇ ਹੋਰ ਬਾਅਦ ਤੀਰਥ ਦੇ ਇਸ਼ਨਾਨ ਦੀ ਜ਼ਰੂਰਤ ਹੀ ਨਹੀਂ ਰਹੇਗੀ। ਅੰਦਰ ਦੇ ਤੀਰਥ ਵਿੱਚ ਇਸ਼ਨਾਨ ਕਰਕੇ ਹੀ ਆਪਾਂ ਅੰਤਸ਼ਕਰਨ ਦੀ ਮਹਿਲ ਧੋ ਸਕਾਂਗੇ। ਅੰਤਰਗਤ ਤੀਰਥ, ਅੰਦਰ ਦਾ ਤੀਰਥ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮੜਨਾ। ਸਾਡੇ ਵਾਸਤੇ ਗੁਰੂ ਕਾ ਪਵਿੱਤਰ ਉਪਦੇਸ਼ ਕਿ ਇਹ ਜਗਿਆਸੂ ਜਨੋ, ਇਹ ਕਲਯੁੱਗ ਦਾ ਸਮਾਂ ਹੈ। ਇਸ ਕਲਯੁੱਗ ਦੇ ਸਮੇਂ ਦੇ ਵਿੱਚ ਪਹਿਲਿਆਂ ਯੁੱਗਾਂ ਵਾਲੇ ਸਾਧਨ ਫਲੀਭੂਤ ਨਹੀਂ ਹੁੰਦੇ। ਕਲਯੁੱਗ ਦੇ ਸਮੇਂ ਵਿੱਚ ਨਾਮ ਜਪਿਆ ਫਲੀਭੂਤ ਹੁੰਦਾ ਹੈ। ਕਲਯੁੱਗ ਦੇ ਸਮੇਂ ਵਿੱਚ ਵਡਿਆਈ ਪਰਮੇਸ਼ਰ ਦੇ ਨਾਮ ਦੀ ਹੈ। ਬਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਜ਼ਮੀਨ ਦੇ ਵਿੱਚ ਰੁੱਤ ਅਨੁਸਾਰ ਪਾਇਆ ਬੀਜ ਹੀ ਫਲੀਭੂਤ ਹੁੰਦਾ ਹੈ। ਇਹ ਕਲਯੁੱਗ ਸਾਰੇ ਸੰਗਤ ਇਸ ਨੂੰ ਆਮ ਤੌਰ 'ਤੇ ਆਪਾਂ ਭਿਆਨਕ ਵੀ ਮੰਨਦੇ ਹਾਂ। ਕਲਹਿ ਕਲੇਸ਼ ਦਾ ਨਾਮ ਕਲਯੁੱਗ ਹੈ। ਕਲਹਿ ਨੂੰ ਕਲੇਸ਼ ਨੂੰ ਕੌਣ ਚੰਗਾ ਸਮਝਦਾ ਹੈ? ਪਰ ਕਲਯੁੱਗ ਦੇ ਸਮੇਂ ਦੀ ਵਡਿਆਈ ਵੀ ਹੈ। ਕਲਯੁੱਗ ਦੇ ਸਮੇਂ ਨੂੰ ਸਤਿਗੁਰੂ ਜੀ ਨੇ ਉੱਤਮ ਵੀ ਕਿਹਾ। ਸਤਿਯੁਗ ਤ੍ਰੇਤਾ ਦੁਆਪਰ ਭਣੀ ਹੈ, ਕਲਯੁੱਗ ਉੱਤਮੋ ਯੁਗਾਂ ਮਾਹੀ। ਸਾਰੇ ਯੁੱਗਾਂ ਦੇ ਵਿੱਚੋਂ ਉੱਤਮ ਹੈ, ਸਾਰਿਆਂ ਤੋਂ ਸ੍ਰੇਸ਼ਟ ਹੈ। ਭਾਈ ਗੁਰਦਾਸ ਜੀ ਇਸ ਗੱਲ ਦਾ ਫਿਰ ਖੁਲਾਸਾ ਕਰ ਦਿੰਦੇ ਨੇ ਕਿਉਂ ਉੱਤਮ ਹੈ। ਸਤਿਯੁਗ ਉੱਤਮ ਆਖੀ ਹੈ, ਲੋਕ ਤਾਂ ਸਤਿਯੁਗ ਦੇ ਸਮੇਂ ਨੂੰ ਉੱਤਮ ਕਹਿੰਦੇ ਨੇ। ਪਰ ਭਾਈ ਸਾਹਿਬ ਜੀ ਕਥਨ ਕਰਦੇ ਨੇ ਵੀ ਸਤਿਯੁਗ ਦੇ ਸਮੇਂ ਦਾ ਇਨਸਾਫ ਸੁਣ ਲਓ, ਇੱਕ ਫੇੜਾ ਹੈ ਸਭ ਦੇਸ਼ ਦੁਹੇਲਾ, ਇੱਕ ਬੰਦਾ ਪਾਪ ਕਰਦਾ ਫਲ ਸਾਰੇ ਦੇਸ਼ ਨੂੰ ਭੋਗਣਾ ਪੈਂਦਾ। ਅੱਗੇ ਤ੍ਰੇਤਾ ਯੁਗ ਆ ਗਿਆ, ਤ੍ਰੇਤਾ ਨਗਰੀ ਪੀੜੀ ਹੈ, ਪਾਪ ਇੱਕ ਕਰਦਾ ਫਲ ਸਾਰੇ ਸ਼ਹਿਰ ਨੂੰ ਭੋਗਣਾ ਪੈਂਦਾ। ਫਿਰ ਆ ਗਿਆ ਦੁਆਪੁਰ ਯੁੱਗ, ਦੁਆਪੁਰ ਵੰਸ ਵਿਧੁੰਸ ਕੁਵੇਲਾ, ਪਾਪ ਇੱਕ ਕਰਦਾ ਫਲ ਸਾਰੀ ਵੰਸ਼ ਨੂੰ ਭੋਗਣਾ ਪੈਂਦਾ। ਦੇਖੋ ਦੁਆਪੁਰ ਯੁੱਗ ਦੇ ਵਿੱਚ ਪਾਪ ਤਾਂ ਕੀਤਾ ਕ੍ਰਿਸ਼ਨ ਜੀ ਦੇ ਪੁੱਤਰ ਸਾਂਭ ਨੇ, ਕਿਹੜਾ ਪਾਪ ਕੀਤਾ? ਦੁਰਵਾਸਾ ਰਿਸ਼ੀ ਨੂੰ ਮਸਖਰੀ ਕੀਤੀ, ਮਖੌਲ। ਆਪਾਂ ਵਿਸਥਾਰ ਨਹੀਂ ਕਰਨਾ ਪ੍ਰਕਰਣ ਦਾ, ਔਰ ਉਸਦਾ ਫਲ ਕੀ ਮਿਲਿਆ? ਦੁਰਵਾਸਾ ਸਿੰਘ ਕਰਤ ਟਗੌਰੀ ਯਾਦ ਇਹ ਫਲ ਪਾਏ, ਪੂਰੀ ਯਾਦ ਕੁਲ ਨੂੰ ਦੁਰਵਾਸਾ ਰਿਸ਼ੀ ਦੇ ਸਰਾਪ ਦਾ ਸਦਕਾ। ਫਿਰ ਇੱਕ ਦੇ ਕੀਤੇ ਪਾਪ ਦਾ, ਇੱਕ ਦੇ ਕੀਤੇ ਕਰਮ ਦਾ ਫਲ ਭੋਗਣਾ ਪਿਆ। ਕੇਵਲ ਇੱਕ ਦੇ ਪਾਪ ਦੇ ਬਦਲੇ ਸਾਰੀ ਯਾਦਵ ਕੁਲ ਦਾ ਨਾਸ਼ ਹੋ ਗਿਆ। ਤ੍ਰੇਤੇ ਯੁੱਗ ਦੇ ਵਿੱਚ ਪਾਪ ਕੀਤਾ ਇਕੱਲੇ ਰਾਵਣ ਨੇ, ਔਰ ਫਲ ਸਾਰੀ ਲੰਕਾ ਨੂੰ ਭੋਗਣਾ ਪਿਆ, ਸਾਰੀ ਲੰਕਾ ਸੜ ਕੇ ਸੁਆਹ ਹੋ ਗਈ। ਸਤਿਯੁਗ ਦੇ ਸਮੇਂ ਕਹਿੰਦੇ ਵੇਣੂ ਰਾਜ ਨੇ ਪਾਪ ਕੀਤਾ, ਫਲ ਸਾਰੀ ਪਰਜਾ ਨੇ ਭੋਗਿਆ। ਇਹ ਵੀ ਇੱਕ ਪੌਰਾਣਿਕ ਗਾਥਾ ਹੈ। ਭਾਈ ਸਾਹਿਬ ਜੀ ਇਤਿਆਦ ਕੇ ਦ੍ਰਿਸ਼ਟਾਂਤ ਦਿੰਦੇ ਨੇ, ਇਹ ਤਾਂ ਸੀ ਪਹਿਲਿਆਂ ਯੁੱਗਾਂ ਦਾ ਇਨਸਾਫ,
ਕਲਯੁਗ ਦੇ ਸਮੇਂ ਦਾ ਇਨਸਾਫ ਕੀ ਹੈ? ਕਲਯੁਗ ਸੱਚ ਨਿਆਉ ਹੈ, ਜੋ ਬੀਜੈ ਸੋ ਲੁਣੈ ਇਕੇਲਾ, ਜਿਹੜਾ ਬੀਜਦਾ ਫਲ ਇਕੱਲੇ ਨੂੰ ਹੀ ਭੋਗਣਾ ਪੈਂਦਾ, ਜਿਹੜਾ ਕਰਮ ਕਰਦਾ ਫਲ ਉਹ ਹੀ ਭੋਗਦਾ, ਐਸਾ ਨਹੀਂ ਕਰੇ ਕੋਈ ਹੋਰ ਅਤੇ ਫਲ ਕਿਸੇ ਹੋਰ ਨੂੰ ਭੋਗਣਾ ਪਵੇ। ਸਾਰੀ ਸੰਗਤ ਇਹ ਇਨਸਾਫ ਹੈ, ਇਹ ਫੇਅਰ ਹੈ, ਜਿਹੜਾ ਕਰਮ ਕਰਦਾ ਉਸੇ ਨੂੰ ਫਲ ਪ੍ਰਾਪਤ ਹੋਵੇ। ਇਸ ਕਰਕੇ ਕਲਯੁਗ ਦੇ ਸਮੇਂ ਦੀ ਵਡਿਆਈ ਵੀ ਹੈ ਕਿ ਕਲਯੁਗ ਦੇ ਸਮੇਂ ਵਿੱਚ ਇਨਸਾਫ ਹੈ। ਫਿਰ ਕਲਯੁਗ ਦੇ ਸਮੇਂ ਵਿੱਚ ਕਲਿਆਣ ਦਾ ਸਾਧਨ ਬੜਾ ਸੌਖਾ ਹੈ, ਪਹਿਲਿਆਂ ਯੁੱਗਾਂ ਦੇ ਸਾਧਨ ਬੜੇ ਕਸ਼ਟਦਾਇਕ ਔਰ ਬੜੇ ਔਖੇ ਸਨ, ਜਿਹੜੇ ਕਲਯੁਗ ਦੇ ਸਮੇਂ ਵਿੱਚ ਤਾਂ ਕੀਤੇ ਹੀ ਨਹੀਂ ਜਾ ਸਕਦੇ। ਜਤ ਸੰਜਮ ਤੀਰਥ, ਉਹਨਾਂ ਯੁਗਾਂ ਦਾ ਧਰਮ ਹੈ ਅਤੇ ਪਹਿਲਿਆਂ ਯੁੱਗਾਂ ਦੇ ਸਾਧਨ ਸਨ। ਕਲਯੁਗ ਦੇ ਸਮੇਂ ਵਿੱਚ ਤਾਂ ਕਲਮੈ ਕੀਰਤ ਹਰਨਾਮਾ ਜੋ ਆਪਣਾ ਪ੍ਰਕਰਨ ਚੱਲ ਰਿਹਾ ਹੈ, ਸਾਡੇ ਪਾਸੋਂ ਤਾਂ ਸਤਿਗੁਰੂ ਜੀ ਨੇ ਉਹ ਔਖੇ ਔਰ ਕਸ਼ਟਦਾਇਕ ਸਾਧਨ ਛੁਡਾ ਦਿੱਤੇ ਨੇ। ਜਗ ਜੀਰਨ ਸਾਧਨ ਦੂਰ ਕੀਏ, ਉਹ ਪਹਿਲੇ ਯੁੱਗਾਂ ਵਾਲੇ ਸਾਧਨ ਸਾਡੇ ਗਲੋਂ ਲਾਹ ਦਿੱਤੇ ਨੇ ਸਤਿਗੁਰੂ ਜੀ ਨੇ, ਸਾਡਾ ਛੁਟਕਾਰਾ ਕਰਵਾ ਦਿੱਤਾ ਔਰ ਸਾਨੂੰ ਬੜਾ ਸੁਖੈਨ ਸਾਧਨ ਦੱਸ ਦਿੱਤਾ ਹੈ। ਜਿਹੜਾ ਜਿਹੜਾ ਸਾਧਨ ਰਾਮੈ ਨਾਮ ਬਤਾਇਓ, ਪਰਮੇਸ਼ੁਰ ਦੇ ਨਾਮ ਦੀ ਵਡਿਆਈ ਦ੍ਰਿੜ ਕਰਵਾਈ ਹੈ। ਇਸ ਮਾਰਗ ਉੱਪਰ ਚੱਲਣ ਵਾਸਤੇ ਜਿਹੜਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਦੱਸਿਆ, ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ, ਜਲਧਾਰੇ ਕਰਨ ਦੀ ਜ਼ਰੂਰਤ ਨਹੀਂ, ਨਾ ਧੂਣੀਆਂ ਤਾਪਣ ਦੀ ਲੋੜ ਹੈ, ਨਾ ਹੀ ਪੈਰਾਂ ਨੂੰ ਸੰਗਲ ਬੰਨ੍ਹ ਕੇ ਪੁੱਠੇ ਲਮਕਣ ਦੀ ਲੋੜ। ਕੀ ਕਰਨਾ ਹੈ? ਆਪਣੀ ਸੁਰਤ ਨੂੰ ਗੁਰੂ ਕੇ ਸ਼ਬਦ ਦੇ ਨਾਲ, ਸੁਰਤ ਨੂੰ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੋੜਨਾ ਹੈ। ਸਾਰ ਸੰਗਤ ਇਹਦੇ ਨਾਲੋਂ ਸੌਖਾ ਸਾਧਨ ਹੋਰ ਕਿਹੜਾ ਹੋ ਸਕਦਾ ਹੈ? ਭਾਈ ਗੁਰਦਾਸ ਜੀ ਇਸ ਸਾਧਨ ਦੀ ਬਾਬਤ ਕਥਨ ਕਰ ਰਹੇ ਨੇ। ਨਾਨਕ ਨਾਮ ਸੁਖਾਲਾ ਜੀਵਤ ਕਲਯੁਗ ਦੇ, ਨਾਨਕ ਨਾਮ ਸੁਖਾਲਾ ਜੀਵਤ ਕਲਯੁਗ ਦੇ, ਨਾਨਕ ਨਾਮ ਸੁਖਾਲਾ ਜੀਵਿਤ ਕਲਯੁਗ ਦੇ, ਨਾਨਕ ਨਾਮ ਸੁਖਾਲਾ ਜੀਵਿਤ ਕਲਯੁਗ ਦੇ, ਨਾਨਕ ਨਾਮ ਸੁਖਾਲਾ ਜੀ ਵਿੱਚ ਕਲਯੁਗ ਦੇ, ਨਾਨਕ ਨਾਮ ਸੁਖਾਲਾ ਜੀ ਵਿੱਚ ਕਲਯੁਗ ਦੇ, ਸਾਧ ਸੰਗਤ ਜਦੋਂ ਸਿੱਧਾਂ ਦੇ ਨਾਲ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਚਾ ਹੋਈ। ਦੇਖੋ ਚਰਚਾ ਦੇ ਸਿਆਣੇ ਪੁਰਸ਼ਾਂ ਨੇ ਚਾਰ ਭੇਦ ਮੰਨੇ ਨੇ। ਜਿਹੜੀ ਚਰਚਾ ਦਾ ਜ਼ਿਕਰ ਇੱਥੇ ਭਾਈ ਗੁਰਦਾਸ ਜੀ ਨੇ ਕੀਤਾ ਹੈ, ਜਾਂ ਫਿਰ ਜਿਹੜੀ ਚਰਚਾ ਦਾ ਜ਼ਿਕਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਆਪ ਕੀਤਾ ਹੈ, ਜਿਹੜੀ ਰਾਮਕਲੀ ਰਾਗ ਦੇ ਵਿੱਚ ਸਿੱਧ ਗੋਸ਼ਟ ਦੇ ਸਿਰਲੇਖ ਹੇਠ ਦਰਜ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ।
ਚਰਚਾ ਦੇ ਉਹਨਾਂ ਭੇਜਾਂ ਦੇ ਅਨੁਸਾਰ ਸਾਰ ਸੰਗਤ ਹੇਤ ਚਰਚਾ ਹੈ, ਹੇਤ ਚਰਚਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਇੱਕ ਵਾਰ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਅਸੀਂ ਕਈ ਵਾਰ ਦੇਖਦੇ ਹਾਂ ਬਹੁਤ ਸਾਰੇ ਵਿਦਵਾਨ ਆਪਸ ਵਿੱਚ ਚਰਚਾ ਕਰਦੇ ਨੇ, ਕਈ ਵਾਰ ਤਾਂ ਇਹਨਾਂ ਦੀ ਚਰਚਾ ਇੰਨੀ ਲੰਮੀ ਹੋ ਜਾਂਦੀ ਹੈ ਜਿਉਂ ਪਾਣੀ 'ਚ ਮਧਾਉਣੀ ਪਾਉਂਦੇ ਨੇ, ਇੱਕੋ ਗੜ ਨੂੰ ਰਿੜਕੀ ਜਾਂਦੇ ਨੇ, ਨਿਕਲਦਾ ਵਿੱਚੋਂ ਕੁਝ ਵੀ ਨਹੀਂ, ਕਾਟੋਆਂ ਵਾਂਗ ਝਗੜਦੇ ਨੇ, ਕਈ ਵਾਰ ਨੌਬਤ ਹੱਥੋਂ ਪਾਈ ਤੱਕ ਵੀ ਪਹੁੰਚ ਜਾਂਦੀ ਹੈ। ਸੋ ਆਪ ਕਿਰਪਾ ਕਰਕੇ ਦੱਸੋ ਵੀ ਚਰਚਾ ਕਰਨੀ ਚਾਹੀਦੀ ਹੈ ਜਾਂ ਨਹੀਂ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀ ਕਹਿਣ ਲੱਗੇ ਗੁਰਸਿੱਖੋ ਵੀ ਚਾਰ ਪ੍ਰਕਾਰ ਦੀ ਚਰਚਾ ਹੈ, ਦੋ ਪ੍ਰਕਾਰ ਦੀ ਕਰ ਲੈਣੀ ਚਾਹੀਦੀ ਹੈ ਔਰ ਦੋ ਪ੍ਰਕਾਰ ਦੀ ਹਰਗਿਜ਼ ਨਹੀਂ। ਇੱਕ ਤਾਂ ਹੈ ਵਾਦ ਚਰਚਾ, ਪਹਿਲੀ ਇਹ ਦਰਅਸਲ ਚਰਚਾ ਨਹੀਂ, ਇਹ ਸ਼ੰਕਾ ਸਮਾਧਾਨ ਹੈ, ਆਪਣੇ ਆਪ ਨੂੰ ਕਿਸੇ ਗੱਲ ਬਾਬਤ ਜਾਣਕਾਰੀ ਨਾ ਹੋਣੀ, ਕਿਸੇ ਦੂਸਰੇ ਬੰਦੇ ਨੂੰ ਵਿਧੀ ਅਨੁਸਾਰ ਕਿਸੇ ਦਾਇਰੇ ਵਿੱਚ ਰਹਿ ਕੇ ਪ੍ਰਸ਼ਨ ਕਰਨਾ ਔਰ ਜਿਹੜਾ ਉੱਤਰ ਮਿਲਣਾ ਉਸਨੂੰ ਸ਼ਰਧਾ ਔਰ ਪ੍ਰੇਮ ਧਾਰਨ ਕਰਕੇ ਮੰਨ ਲੈਣਾ। ਇਹ ਹੈ ਤਾਂ ਭਾਵੇਂ ਸ਼ੰਕਾ ਸਮਾਧਾਨ ਹੀ, ਪਰ ਇਸ ਨੂੰ ਕਾਰਜ ਸਿੱਧੀ ਵਾਸਤੇ ਵਿਦਵਾਨਾਂ ਨੇ ਵਾਰ ਚਰਚਾ ਕਹਿ ਦਿੱਤਾ ਹੈ। ਦੂਸਰੀ ਹੈ ਹੇਤ ਚਰਚਾ, ਜਿਹੜੀ ਵਾਰ ਚਰਚਾ ਉਹਦੇ ਵਿੱਚ ਕੋਈ ਅੱਗੇ ਕਾਊਂਟਰ ਕੁਐਸਚਨ ਨਹੀਂ ਹੁੰਦਾ, ਪ੍ਰਸ਼ਨ ਕੀਤਾ ਉੱਤਰ ਮਿਲ ਗਿਆ, ਫਿਰ ਦੁਬਾਰਾ ਪ੍ਰਸ਼ਨ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਜਿਹੜਾ ਪਹਿਲਾ ਪ੍ਰਸ਼ਨ ਕਰਨ ਵਾਲਾ ਉਸਨੂੰ ਇਸ ਗੱਲ ਦਾ ਪਹਿਲਾਂ ਹੀ ਭਰੋਸਾ ਹੁੰਦਾ ਹੈ ਜਾਂ ਉਸਨੇ ਗੱਲ ਪਹਿਲਾਂ ਹੀ ਐਡਮਿਟ ਕਰ ਲਈ ਹੁੰਦੀ ਹੈ ਕਿ ਜਿਹਨੂੰ ਮੈਂ ਪ੍ਰਸ਼ਨ ਕਰ ਰਿਹਾ ਉਹਦੀ ਜਾਣਕਾਰੀ ਮੇਰੇ ਨਾਲੋਂ ਜ਼ਿਆਦਾ ਹੈ, ਇਸ ਕਰਕੇ ਪ੍ਰਸ਼ਨ ਕੀਤਾ ਉਹਦਾ ਉੱਤਰ ਮਿਲ ਗਿਆ ਮੰਨ ਲਿਆ, ਅੱਗੇ ਕਾਊਂਟਰ ਕੁਐਸਚਨ ਦੀ ਜ਼ਰੂਰਤ ਹੀ ਨਹੀਂ ਰਹਿੰਦੀ। ਜਿਹੜੀ ਹੇਤ ਚਰਚਾ ਹੈ, ਕਿਸੇ ਇੱਕ ਸੱਜਣ ਨੇ ਦੂਸਰੇ ਨੂੰ ਪ੍ਰਸ਼ਨ ਕੀਤਾ ਔਰ ਜਿਹੜਾ ਉਹਦਾ ਉੱਤਰ ਮਿਲਿਆ ਬੜੇ ਧੀਰਜ ਦੇ ਨਾਲ ਸੁਣ ਲਿਆ, ਕਈਆਂ ਦੇ ਵਿੱਚ ਤਾਂ ਸੁਣਨ ਦਾ ਮਾਦਾ ਹੀ ਨਹੀਂ ਹੁੰਦਾ, ਉਹ ਆਪਣੀ ਗੱਲ ਕਹਿਣੀ ਹੀ ਜਾਣਦੇ ਨੇ, ਦੂਸਰਿਆਂ ਦੀ ਸੁਣਨ ਵਾਸਤੇ ਉਹਨਾਂ ਅੰਦਰ ਪੇਸ਼ੈਂਸ ਉਹਨਾਂ ਅੰਦਰ ਧੀਰਜ ਹੁੰਦਾ ਹੀ ਨਹੀਂ। ਪਰ ਸਿਆਣੇ ਬੰਦੇ ਜੇ ਆਪਣਾ ਪੱਖ ਦੂਸਰੇ ਦੇ ਸਾਹਮਣੇ ਰੱਖਦੇ ਨੇ ਫਿਰ ਦੂਸਰੇ ਦਾ ਪੱਖ ਵੀ ਬੜੇ ਧਿਆਨ ਨਾਲ ਸੁਣਦੇ ਨੇ, ਔਰ ਜੇ ਉਹ ਦੂਸਰੇ ਦਾ ਪੱਖ ਠੀਕ ਹੋਵੇ ਫਿਰ ਹੱਠ ਨਹੀਂ ਕਰਦੇ, ਉਹਦੇ ਨਾਲ ਸਹਿਮਤ ਹੋ ਜਾਂਦੇ ਨੇ, ਐਗਰੀ ਕਰ ਜਾਂਦੇ ਹਨ। ਜੇ ਤਸੱਲੀ ਹੋ ਗਈ ਵਾਹ ਵਾਹ, ਜੇ ਤਸੱਲੀ ਨਹੀਂ ਹੋਈ ਫਿਰ ਆਪਣੇ ਵੱਲੋਂ ਦੁਬਾਰਾ ਫਿਰ ਉਸਦਾ ਉੱਤਰ ਦਿੰਦੇ ਨੇ ਕਿ ਨਹੀਂ ਭਾਈ ਸਾਹਿਬ ਜੀ ਮੇਰੀ ਵਿਚਾਰ ਇਉਂ ਹੈ, ਫਿਰ ਦੂਸਰਾ ਬੰਦਾ ਉਹ ਵੀ ਧੀਰਜ ਵਾਲਾ ਉਹ ਵੀ ਧਿਆਨ ਦੇ ਨਾਲ ਸੁਣਦਾ, ਜੇ ਉਹਦੀ ਗੱਲ ਵਿੱਚ ਦਮ ਹੋਵੇ ਜੇ ਉਸਦੀ ਗੱਲ ਵਾਜਿਬ ਹੋਵੇ ਫਿਰ ਉਹਨਾਂ ਨੂੰ ਵੀ ਕੋਈ ਝਿਜਕ ਨਹੀਂ ਹੁੰਦੀ ਉਸਨੂੰ ਮੰਨਣ ਵਾਸਤੇ। ਪਰ ਜੇ ਉਹਦੇ ਵਿੱਚ ਕੋਈ ਊਣਤਾ ਹੀ ਹੋਵੇ ਉਹ ਫਿਰ ਆਪਣਾ ਪੱਖ ਰੱਖ ਦਿੰਦੇ ਨੇ, ਇਉਂ ਇਹ ਵਿਚਾਰਾਂ ਦਾ ਆਦਾਨ ਪ੍ਰਦਾਨ ਹੈ, ਐਕਸਚੇਂਜ ਆਫ ਵਿਊਜ਼ ਜਿਹਨੂੰ ਆਪਾਂ ਵਿਚਾਰ ਵਟਾਂਦਰਾ ਕਹਿੰਦੇ ਹਾਂ, ਇਹ ਮੁਤਬਾਦਰ ਚੱਲਦਾ ਰਹਿੰਦਾ ਹੈ। ਇਹ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਕੇ ਫਿਰ ਦੋਵੇਂ ਕਿਸੇ ਠੋਸ ਨਤੀਜੇ ਉੱਪਰ ਪਹੁੰਚ ਜਾਂਦੇ ਨੇ, ਉਹ ਗੱਲ ਨਿਰਣੇ ਹੋ ਜਾਂਦੀ ਹੈ। ਉਹ ਸਾਰ ਸੰਗਤ ਚਰਚਾ ਕਿਹੋ ਜਿਹੀ ਹੈ,
ਇਸ ਗੱਲ ਨੂੰ ਸਮਝਣ ਵਾਸਤੇ ਵਿਦਵਾਨ ਇੱਕ ਦ੍ਰਿਸ਼ਟਾਂਤ ਦਿਆ ਕਰਦੇ ਨੇ ਵੀ ਇੱਕ ਦੀਵਾ ਬਲਦਾ ਹੋਵੇ ਨਾ, ਉਹਦੇ ਹੇਠ ਹਨੇਰਾ ਰਹਿੰਦਾ ਹੈ, ਜੇ ਉਹਦੇ ਸਾਹਮਣੇ ਇੱਕ ਹੋਰ ਦੀਵਾ ਬਾਲ ਦਿੱਤਾ ਜਾਵੇ ਫਿਰ ਦੋਨਾਂ ਦੀਵਿਆਂ ਦੇ ਹੇਠੋਂ ਹਨੇਰਾ ਦੂਰ ਹੋ ਜਾਂਦਾ ਹੈ। ਬਸ ਹੇਤ ਚਰਚਾ ਇਉਂ ਹੈ ਵੀ ਜਿਸ ਤਰ੍ਹਾਂ ਇੱਕ ਬਲਦੇ ਹੋਏ ਦੀਵੇ ਦੇ ਸਾਹਮਣੇ ਇੱਕ ਹੋਰ ਦੀਵਾ ਬਾਲ ਦਿੱਤਾ ਜਾਵੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣਗੇ ਗੁਰਸਿੱਖੋ ਵੀ ਇਹ ਚਰਚਾ ਵੀ ਕਰ ਲੈਣੀ ਚਾਹੀਦੀ ਹੈ, ਸੰਤ ਮਿਲੈ ਕਿਛ ਸੁਣੀਐ, ਸੁਣਨੀ ਵੀ ਹੈ ਦੂਸਰੇ ਦੀ ਔਰ ਲਿਆਕਤ ਦੇ ਨਾਲ ਕਿਸੇ ਵਿਧੀ ਵਿਧਾਨ ਵਿੱਚ ਆਪਣੀ ਗੱਲ ਕਹਿਣੀ ਵੀ ਹੈ, ਦੂਸਰੇ ਦਾ ਪੱਖ ਵੀ ਸੁਣਨਾ ਹੈ ਆਪਣਾ ਵੀ ਰੱਖਣਾ ਹੈ। ਸੰਤ ਮਿਲੈ ਕਿਛ ਸੁਣੀਐ ਕਹੀਐ, ਔਰ ਜੇ ਸਾਹਮਣੇ ਮਿਲ ਜਾਵੇ ਕੋਈ ਅਸੰਤ ਕੋਈ ਮੂਰਖ, ਉਹ ਸਾਰ ਸੰਗਤ ਮੂਰਖ ਦੇ ਤਾਂ ਦੋ ਹੀ ਇਲਾਜ ਨੇ, ਇੱਕ ਇਲਾਜ ਤਾਂ ਹੈ ਮੂਰਖ ਗੰਢ ਪਵੈ ਮੋਹ ਮਾਰ, ਔਰ ਦੂਸਰਾ ਇਲਾਜ ਹੈ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੂਝੀਐ ਮੂਰਖ ਹੈ ਨਾਲ ਨਾ ਲੂਝੀਐ। ਉਹਦੇ ਨਾਲ ਮਗਜ਼ ਖਪਾਈ ਦਾ ਫਾਇਦਾ ਹੀ ਕੋਈ ਨਹੀਂ। ਇਸ ਕਰਕੇ ਭਗਤ ਕਬੀਰ ਜੀ ਕਹਿ ਰਹੇ ਨੇ ਮਿਲੈ ਅਸੰਤ ਮਸਟ ਕਰ ਰਹੀ ਹੈ, ਸੰਤ ਨੂੰ ਸਿਉਂ ਬੋਲਦਾ ਉਪਕਾਰੀ, ਮੂਰਖ ਸਿਉਂ ਬੋਲਦਾ ਇਹ ਤਾਂ ਸਮੇਂ ਦੀ ਬਰਬਾਦੀ ਹੀ ਹੈ ਨਾ, ਐਵੇਂ ਸਿਰ ਖਪਾਈ, ਮੂਰਖ ਸਿਉਂ ਬੋਲਦਾ ਝੱਖ ਮਾਰੀ। ਹਾਂ ਹੇਤ ਚਰਚਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣਗੇ ਗੁਰਸਿੱਖੋ ਵੀ ਜ਼ਰੂਰ ਕਰਨੀ ਚਾਹੀਦੀ ਹੈ। ਫਿਰ ਤੀਜੀ ਹੈ ਜਲਪ ਚਰਚਾ, ਉਹ ਜਲਪ ਚਰਚਾ ਕੀ ਹੈ, ਬਸ ਪਾਣੀ 'ਚ ਮਧਾਣੀ ਪਾ ਲੈਣੀ, ਆਪਣੀ ਗੱਲ ਭਾਵੇਂ ਹੋਵੇ ਸਹੀ ਭਾਵੇਂ ਹੋਵੇ ਗਲਤ, ਬਸ ਉਸ ਨੂੰ ਸਹੀ ਸਿੱਧ ਕਰਨ ਵਾਸਤੇ ਪ੍ਰਮਾਣ 'ਤੇ ਪ੍ਰਮਾਣ ਪ੍ਰਮਾਣ 'ਤੇ ਪ੍ਰਮਾਣ ਦੇ ਹੀ ਜਾਣੇ, ਦੂਸਰੇ ਦੀ ਸੁਣਨੀ ਹੀ ਨਾ, ਬਸ ਆਪਣੀ ਗੱਲ ਨੂੰ ਜਿਹੜੀ ਇੱਕ ਵਾਰ ਜ਼ਬਾਨੋਂ ਨਿਕਲ ਗਈ ਸਹੀ ਭਾਵੇਂ ਗਲਤ ਉਸਨੂੰ ਜਸਟੀਫਾਈ ਕਰਨ ਵਾਸਤੇ ਆਪਣੀ ਸਾਰੀ ਵਿਦਵਤਾ ਝੋਕ ਦੇਣੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣਗੇ ਗੁਰਸਿੱਖੋ ਇਹ ਸਮੇਂ ਦੀ ਬਰਬਾਦੀ ਹੈ, ਬਾਸ ਕਿਉਂ ਵਿਖਿਆਣ ਸੋ ਬੈਠ ਕੇ, ਇਹ ਜਲਪ ਚਰਚਾ ਹੈ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲਈ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ, ਬਾਸ ਕਿਉਂ ਵਿਖਿਆਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਤ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਅਤੇ ਨਹੀਂ ਪ੍ਰਭ ਪਾਇਓ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀਆ ਜੇਤੇ ਬਰਸ ਬਰਸ, ਪੜੀਆ ਜੇਤੇ ਮਾਸ, ਪੜੀਆ ਹੈ ਜੇਤੀ ਆਰਜਾ, ਪੜੀਆ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ। ਉਹ ਇੱਕ ਗੱਲ ਤਾਂ ਦਰਕਨਾਰ ਹੀ ਰਹਿ ਗਈ, ਜਿਹੜਾ ਉਹਨਾਂ ਧਾਰਮਿਕ ਗ੍ਰੰਥਾਂ ਦਾ ਤਾਤਪਰਜ ਸੀ ਨਿਚੋੜ ਸੀ ਉਹਨੂੰ ਤਾਂ ਨਜ਼ਰਅੰਦਾਜ਼ ਹੀ ਕਰ ਦਿੱਤਾ। ਨਾਨਕ ਲੇਖਾ ਇੱਕ ਗੱਲ, ਜੇ ਉਹ ਗੱਲ ਛੱਡ ਦਿੱਤੀ ਜਿਹੜੀ ਬਾਕੀ ਦੀ ਸਿਰਖ ਪਾਈ ਐਵੇਂ ਫਾਲਤੂ ਦੀ, ਉਹਦੀ ਬਾਬਤ 'ਤੇ ਸਤਿਗੁਰੂ ਜੀ ਫੁਰਮਾਨ ਕਰ ਰਹੇ ਨੇ, ਫੁਰ ਹੋਮੈਂ ਝੱਖਣਾ ਝਾਕ। ਸਤਿਗੁਰੂ ਜੀ ਕਹਿਣਗੇ ਗੁਰਸਿੱਖੋ ਵੀ ਜਿਹੜੀ ਜਰਪ ਚਰਚਾ ਹੈ ਨਾ ਇਹ ਹਰਗਿਜ਼ ਨਹੀਂ ਕਰਨੀ, ਸਮਾਂ ਬਰਬਾਦ ਹੁੰਦਾ ਹੈ। ਇੱਕ ਚੌਥੀ ਵਿਤੰਡਾ ਚਰਚਾ, ਉਹਦੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਉਹ ਕੀ ਹੈ, ਆਪ ਨੂੰ ਤਾਂ ਇੱਲ ਅਤੇ ਕੁੱਕੜ ਦਾ ਫਰਕ ਵੀ ਨਾ ਪਤਾ ਹੋਣਾ ਵੀ ਇੱਲ ਕਾਲੇ ਰੰਗ ਦੀ ਹੁੰਦੀ ਹੈ, ਕੁੱਕੜ ਚਿੱਟੇ ਰੰਗ ਦਾ ਹੁੰਦਾ, ਇੰਨਾ ਵੀ ਗਿਆਨ ਨਾ ਹੋਣਾ, ਪਰ ਵਾਦ ਵਿਵਾਦ ਕਰਨਾ ਜਾ ਕੇ ਗੁਰਮੁਖਾਂ ਦੇ ਨਾਲ, ਪ੍ਰਸ਼ਨ ਉਹ ਕਰਨੇ ਜਿਹਦੀ ਕੋਈ ਸੈਂਸੀ ਨਾ ਬਣਦੀ ਹੋਵੇ, ਜਿਹਦਾ ਕੋਈ ਮੂੰਹ ਸਿਰ ਹੀ ਨਾ ਹੋਵੇ। ਇਹ ਚਰਚਾ ਕਿਹੋ ਜਿਹੀ ਹੈ, ਗੁਰਬਾਣੀ 'ਚ ਇਹਦਾ ਵੀ ਜ਼ਿਕਰ ਆਉਂਦਾ, ਇੱਕ ਨਾ ਸੁੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾਲ ਹੰਤ, ਨਾਨਕ ਸੇ ਨਰ ਅਸਲ ਖਰ। ਇਹ ਬੰਦਿਆਂ ਦਾ ਕੰਮ ਨਹੀਂ, ਇਹ ਤਾਂ ਖੁਰਾਸਾਨੀ ਖੋਤਿਆਂ ਦਾ ਕੰਮ ਹੈ ਇਹੋ ਜਿਹੀ ਚਰਚਾ ਕਰਨੀ।
ਨਾਨਕ ਸੇ ਨਰ ਅਸਲ ਖਰ ਸਤਿਗੁਰੂ ਜੀ ਉਹਨਾਂ ਨੂੰ ਬੰਦੇ ਉਹਨਾਂ ਨੂੰ ਇਨਸਾਨ ਮੰਨਦੇ ਹੀ ਨਹੀਂ, ਉਹਨਾਂ ਦਾ ਸ਼ੁਮਾਰ ਉਹਨਾਂ ਦੀ ਗਿਣਤੀ ਕਿਹਨਾਂ ਦੇ ਵਿੱਚ ਹੈ? ਖੋਤਿਆਂ ਦੇ ਵਿੱਚ। ਨਾਨਕ ਸੇ ਨਰ ਅਸਲ ਖਰ ਉਹ ਕੌਣ ਨੇ ਜੇ ਬਿਨ ਗੁਣ ਗਰਭ ਕਰੰਤ, ਪੱਲੇ ਕੁਝ ਹੋਣਾ ਨਹੀਂ, ਆਪਣਾ ਹਿਰਦਾ ਗੁਣਾਂ ਤੋਂ ਬਗੈਰ ਸਿੱਖਣਾ, ਵਿਦਵਤਾ ਦਾ ਅੰਦਰ ਕੋਈ ਲੇਸ਼ ਮਾਤਰ ਵੀ ਨਹੀਂ। ਪਰ ਵਾਦ ਵਿਵਾਦ ਚਰਚਾ ਗੁਰਮੁਖਾਂ ਦੇ ਨਾਲ ਕਰਨੀ, ਕਿੰਤੂ ਪਰੰਤੂ ਮਹਾਂਪੁਰਖਾਂ ਦੇ ਉੱਪਰ, ਸਾਧੂਆਂ ਦੇ ਉੱਪਰ ਕਰਨਾ, ਗੁਰਬਾਣੀ ਦੇ ਉੱਪਰ ਕਰਨਾ, ਕਦੀ ਦਸਮ ਗ੍ਰੰਥ ਦੇ ਉੱਪਰ, ਕਦੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਉੱਪਰ, ਕਦੀ ਭਗਤਾਂ ਦੀ ਬਾਣੀ ਦੇ ਉੱਪਰ, ਕਦੀ ਭੱਟਾਂ ਦੀ ਬਾਣੀ ਦੇ ਉੱਪਰ, ਕਦੀ ਮਰਿਆਦਾ ਦੇ ਉੱਪਰ, ਕਦੀ ਇਤਿਹਾਸ ਦੇ ਸੋਤਾਂ ਦੇ ਉੱਪਰ। ਸਾਰ ਸੰਗਤ ਕਈਆਂ ਨੂੰ ਤਾਂ ਇਹ ਨਹੀਂ ਪਤਾ ਹੁੰਦਾ ਵੀ ਜਿਸ ਟੌਪਿਕ ਦੀ ਜਾਂ ਜਿਸ ਵਿਸ਼ੇ ਦੀ ਬਾਬਤ ਅਸੀਂ ਗੱਲ ਕਰ ਰਹੇ ਹਾਂ, ਜਾਂ ਜਿਹੜੇ ਨੁਕਤੇ 'ਤੇ ਅਸੀਂ ਦੂਸਰੇ ਨਾਲ ਬਹਿਸ ਕਰ ਰਹੇ ਹਾਂ ਵੀ ਸਾਨੂੰ ਉਹਦੀ ਬਾਬਤ ਕਿੰਨਾ ਕੁ ਗਿਆਨ ਹੈ, ਬਸ ਉਹ ਸੁਣੀਆਂ ਸੁਣਾਈਆਂ ਗੱਲਾਂ। ਆਮ ਕਹਾਵਤਾਂ ਕਹਿੰਦੇ ਚੂਹੇ ਨੂੰ ਲੱਭ ਗਈ ਹਲਦੀ ਦੀ ਗੱਠੀ, ਉਹ ਪੰਸਾਰੀ ਬਣ ਕੇ ਬੈਠ ਗਿਆ। ਅੱਜ ਤਾਂ ਉਹਨਾਂ ਦਾ ਹਾਲ ਉਹੋ ਹੀ ਹੈ ਜਿਹੜੇ ਵਿਤੰਡਾਵਾਦ ਕਰਨ ਵਾਲੇ ਨੇ, ਜਿਨ੍ਹਾਂ ਦਾ ਸ਼ੁਮਾਰ ਸਤਿਗੁਰੂ ਜੀ ਨੇ ਉਹਨਾਂ ਵਿੱਚ ਮੰਨਿਆ ਜਿਹੜੇ ਦੁਲੱਤੇ ਮਾਰਦੇ ਨੇ। ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣਗੇ ਗੁਰਸਿੱਖੋ ਵੀ ਇਹੋ ਜਿਹੀ ਵਿਤੰਡਾ ਚਰਚਾ ਵੀ ਬਿਲਕੁਲ ਨਹੀਂ ਕਰਨੀ ਚਾਹੀਦੀ। ਦੋ ਕਿਸਮ ਦੀ ਚਰਚਾ, ਵਾਰ ਚਰਚਾ ਔਰ ਹੇਤ ਚਰਚਾ ਕਰ ਲੈਣੀ ਚਾਹੀਦੀ ਹੈ। ਔਰ ਜਿਹੜੀ ਜਲਪ ਚਰਚਾ ਔਰ ਵਿਤੰਡਾ ਚਰਚਾ, ਇਸ ਤੋਂ ਬਿਲਕੁਲ ਗੁਰੇਜ਼ ਕਰਨਾ ਚਾਹੀਦਾ। ਹਾਂ, ਸਾਰ ਸੰਗ ਜਿਹੜੀ ਇੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਚਾ ਹੋ ਰਹੀ ਹੈ ਸਿੱਧਾਂ ਦੇ ਨਾਲ, ਸਿੱਧੀ ਮਨੇ ਵਿਚਾਰਿਆ, ਦੇਖੋ ਸਿੱਧ ਪ੍ਰਸ਼ਨ ਕਰਦੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਤਰ ਦੇਣਾ ਹੈ। ਜੇ ਸਿੱਧਾਂ ਨੇ ਅੱਗੇ ਕੋਈ ਕਾਊਂਟਰ ਕੁਐਸਚਨ ਕਰ ਦਿੱਤਾ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਉਸਦੀ ਤਸੱਲੀ ਕਰਵਾ ਦੇਣੀ ਹੈ। ਪੜ੍ਹ ਕੇ ਤਾਂ ਦੇਖੋ, ਰਾਮਕਲੀ ਰਾਗ ਦੇ ਵਿੱਚ ਬਾਣੀ ਸਿੱਧ ਗੋਸ਼ਟ, ਉਹ ਸਾਰ ਸੰਗਤ ਹੈ ਤਾਂ ਭਾਵੇਂ ਥੋੜ੍ਹੀ ਔਖੀ, ਉਹਦੇ ਅਰਥ ਵਿਚਾਰ ਕਰਦਿਆਂ ਕਈ ਵਾਰ ਵਿਦਵਾਨ ਵੀ ਟਪਲਾ ਖਾ ਜਾਂਦੇ ਨੇ, ਪਰ ਬੜੀ ਆਨੰਦਮਈ ਬਾਣੀ ਹੈ। ਸਿੱਧ ਸੁਭਾਅ ਕਰ ਆਸਣ ਬੈਠੇ ਸੰਤ ਸੁਭਾਅ ਜੈਕਾਰੋ, ਇਸ ਆਗੈ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ। ਉਹ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਹੋ ਜਿਹੇ ਵਧੀਆ ਤਰੀਕੇ ਦੇ ਨਾਲ, ਕਿੰਨੇ ਸਲੀਕੇ ਦੇ ਨਾਲ ਪੇਸ਼ ਆ ਰਹੇ ਨੇ। ਜਿਹੜੀ ਉਹ ਸਿੱਧਾਂ ਦੀ ਮੰਡਲੀ ਹੈ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਖੋ ਉਹਨਾਂ ਦੀ ਨਿਮਰਤਾ, ਸੰਤ ਸੁਭਾਅ ਜੈਕਾਰੋ, ਵੀ ਤੁਹਾਡੀ ਜੈ ਜੈਕਾਰ ਹੋਵੇ। ਨਿਮਰਤਾ ਹੀ ਹੈ ਨਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ। ਔਰ ਜਦੋਂ ਸਿੱਧ ਪ੍ਰਸ਼ਨ ਕਰਦੇ ਨੇ, ਪ੍ਰਸ਼ਨ ਵੀ ਚਰਪਟ ਨਾਥ ਦਾ ਹੈ, ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਭਾਰੋ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਜ਼ਮਤ ਤੋਂ ਤਾਂ ਉਹ ਪਹਿਲਾਂ ਹੀ ਕਾਇਲ ਸਨ, ਜਦੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾਲ ਮਿਲਾਪ ਹੋਇਆ, ਇਹਨਾਂ ਨੇ ਦੇਖਿਆ ਵੀ ਅਸੀਂ ਤਾਂ ਹੁਣ ਪੁਰਾਣਾ ਜਾਮ ਦੇ ਬਲ ਕਰਕੇ ਇੱਥੇ ਸੁਮੇਰ ਪਰਬਤ 'ਤੇ ਪਹੁੰਚੇ ਹਾਂ, ਅਸੀਂ ਤਾਂ ਪੁਰਾਣਾ ਜਾਮ ਦੇ ਬਲ ਕਰਕੇ ਆਪਣੀ ਉਮਰ ਇਤਨੀ ਲੰਮੀ ਕਰ ਲਈ ਹੈ, ਪਰ ਇਹ ਤਾਂ ਅਜੇ ਸਾਡੀ ਨਿਸਬਤ ਬਾਲਕ ਹੀ ਨੇ।
ਉਹ ਸਾਰ ਸੰਗਤ ਹਾਲਾਂਕਿ ਦੇਖੋ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਆਪਣੀ ਪਹਿਲੀ ਉਦਾਸੀ ਸ਼ੁਰੂ ਕੀਤੀ ਸਿੱਧਾਂ ਨਾਲ ਮਿਲਾਪ ਤਾਂ ਜਦ ਤੋਂ ਬਾਅਦ ਹੀ ਹੋਇਆ ਹੋਵੇਗਾ ਨਾ, ਜਾਂ ਆਪਾਂ ਇਤਿਹਾਸ ਦੇ ਜਿਹੜੇ ਸਰੋਤ ਨੇ ਉਹਨਾਂ ਮੁਤਾਬਕ ਦੇਖੀਏ, ਪਹਿਲੀ ਉਦਾਸੀ ਸਮੇਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿੱਧਾਂ ਨਾਲ ਮਿਲਾਪ ਹੋਇਆ, ਪਰ ਉਦੋਂ ਤੱਕ ਇਤਿਹਾਸਕਾਰਾਂ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਵਸਥਾ ਜਾਂ ਉਹਨਾਂ ਦੀ ਸਰੀਰ ਕਰਕੇ ਉਮਰ ਤਕਰੀਬਨ 40-42 ਬਰਸ ਦੀ ਮੰਨੀ ਹੈ। ਹੁਣ 40-42 ਸਾਲ ਦਾ ਕੋਈ ਬੰਦਾ ਜਿਸ ਨੂੰ ਕੋਈ ਬਾਲਗਾ ਕਹਿ ਕੇ ਮੁਖਾਤਬ ਹੋਵੇ, ਇਸ ਦਾ ਭਾਵ ਇਹ ਕਿ ਉਹਦੀ ਆਯੂ ਬਹੁਤ ਵੱਡੀ ਹੋਵੇਗੀ ਉਹਦੇ ਨਾਲੋਂ। ਔਰ ਸਿੱਧਾਂ ਦੀ ਬਾਬਰ 'ਤੇ ਇਹ ਧਾਰਨਾ ਪ੍ਰਚਲਿਤ ਸੀ ਕਿ ਇਹਨਾਂ ਨੇ ਪੁਰਾਣਾ ਜਾਮ ਦੇ ਬਲ ਕਰਕੇ ਆਪਣੀ ਉਮਰ ਸੈਂਕੜੇ ਸਾਲ ਲੰਮੀ ਕਰ ਲਈ ਹੈ। ਦੇਖੋ ਭਰਥਰੀ, ਗੋਪੀ ਚੰਦ ਇਹ ਕਦੋਂ ਹੋਏ ਨੇ? ਰਾਜਾ ਬਿਕਰਮਾਜੀਤ ਦੇ ਸਮੇਂ ਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਹਨਾਂ ਨਾਲ ਮਿਲਾਪ ਹੋਇਆ, ਉਹਨਾਂ ਨਾਲ ਚਰਚਾ ਹੋਈ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਮੁਖਾਤਬ ਹੋ ਕੇ, ਕਿਉਂਕਿ ਇਤਿਹਾਸ ਦੇ ਸਰੋਤਾਂ ਵਿੱਚ ਵੀ ਜ਼ਿਕਰ ਆਉਂਦਾ ਹੈ, ਇਹ ਭਰਥਰੀ ਵਰਗਿਆਂ ਦਾ ਜ਼ਿਕਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ ਵਿੱਚ ਵੀ ਕੀਤਾ ਹੈ। ਬੜੀ ਲੰਮੀ ਲੰਮੀ ਉਮਰ ਦੇ ਸਨ ਸਿੱਧ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਤਾਂ ਬਾਲਕਾ ਹੀ ਸਮਝਦੇ ਨੇ। ਸਿੱਧ ਆਖਣ ਸੁਣ ਬਾਲਿਆ, ਮਾਤ ਲੋਕ ਵਿੱਚ ਕਿਆ ਵਰਤਾਰਾ ਕਿ ਨਾਨਕ ਜੀ ਤੁਸੀਂ ਆਏ ਹੋ ਮਾਤ ਲੋਕ ਤੋਂ, ਦੱਸੋ ਮਾਤ ਲੋਕ 'ਤੇ ਕੀ ਬੀਤ ਰਹੀ ਹੈ? ਸਭ ਸਿੱਧੀ ਇਹ ਬੁੱਝਿਆ ਕੱਲ ਤਾਰਨ ਨਾਨਕ ਅਵਤਾਰਾ, ਉਹਨਾਂ ਨੂੰ ਇਸ ਗੱਲ ਦਾ ਨਿਸ਼ਚਾ ਹੋ ਗਿਆ ਵੀ ਇਹ ਤਾਂ ਇਸ ਕਲਯੁੱਗ ਦੇ ਸਮੇਂ 'ਚ ਸੰਸਾਰ ਨੂੰ ਤਾਰਨ ਵਾਸਤੇ, ਸੰਸਾਰ ਦਾ ਉਧਾਰ ਕਰਨ ਵਾਸਤੇ ਪ੍ਰਗਟ ਹੋਏ ਨੇ। ਤਾਂ ਸਿੱਧਾਂ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇਹ ਪ੍ਰਸ਼ਨ ਕੀਤਾ ਵੀ ਇਹ ਸਾਨੂੰ ਹਕੀਕਤ ਬਿਆਨ ਕਰਨਗੇ। ਹੇ ਬਾਲਕੇ ਨਾਨਕ ਜੀ, ਦੱਸੋ ਮਾਤ ਲੋਕ 'ਤੇ ਕੀ ਬੀਤ ਰਿਹਾ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ, ਸਿੱਧੋ ਕੂੜ ਅਮਾਵਸ ਵਰਤਿਆ, ਵੀ ਸੁਣ ਲਓ ਮਾਤ ਲੋਕ ਦੀ ਗੱਲ, ਸੱਚ ਚੰਦਰਮਾ ਕੂੜ ਅੰਧਾਰਾ, ਵੀ ਉੱਥੇ ਤਾਂ ਸੱਚ ਮਾਨੋ ਅਲੋਪ ਹੋ ਗਿਆ, ਜਿਸ ਤਰ੍ਹਾਂ ਮੱਸਿਆ ਦੀ ਰਾਤ ਨੂੰ ਚੰਦਰਮਾ ਅਲੋਪ ਹੁੰਦਾ ਹੈ। ਚਾਰੇ ਪਾਸੇ ਅਗਿਆਨਤਾ ਦਾ, ਨਫ਼ਰਤ ਦਾ ਔਰ ਪਾਪ ਦਾ ਹਨੇਰਾ ਪਸਰਿਆ ਹੈ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾ। ਸਾਰੇ ਕੂੜ ਦਾ ਹੋਇਆ ਵਰ ਤਾਰ, ਸੱਚ ਵਾਲਾ ਕਾਲ ਪੈ ਗਿਆ, ਸਾਰੇ ਕੂੜ ਦਾ ਹੋਇਆ ਵਰ ਤਾਰ, ਸੱਚ ਵਾਲਾ ਕਾਲ ਪੈ
ਸੱਤ ਵਾਲਾ ਦੀ ਕਾਲ ਪੈ ਗਿਆ, ਸੱਤ ਵਾਲਾ ਦੀ ਕਾਲ ਪੈ ਗਿਆ, ਵਰਤਿਆ ਹਉ ਭਾਲਣ ਚੜਿਆ ਸੰਸਾਰਾ, ਜੋਗੀ ਗਿਆਨ ਵੀ ਹੋਣਿਆ ਨਿਸਦਨ ਅੰਗ ਲਗਾਏ ਨਿਛਾਰਾ, ਪਾਪ ਗ੍ਰਾਸੀ ਪ੍ਰਥਮੀ ਧੌਲ ਖੜਾ ਧਰ ਹੇਠ ਪੁਕਾਰ, ਸਾਰੀ ਧਰਤੀ ਨੂੰ ਸਾਰੀ ਪ੍ਰਥਮੀ ਨੂੰ ਮਾਨੋ ਪਾਪਾਂ ਨੇ ਗ੍ਰਸ ਲਿਆ, ਧਰਮ ਰੂਪੀ ਧੌਲਾ ਬੈਲ ਜਿਹਦੇ ਆਸਰੇ ਧਰਤੀ ਖੜੀ ਹੈ, ਧੌਲ ਧਰਮ ਦਇਆ ਕਾ ਪੂਤ, ਵੀ ਉਹਦੇ ਚਾਰੇ ਪੈਰ ਕਮਜ਼ੋਰ ਹੋ ਚੁੱਕੇ ਨੇ, ਇਸ ਕਰਕੇ ਡੋਲ ਰਹੀ ਆ ਧਰਤੀ, ਪੁਕਾਰ ਰਹੀ ਆ ਪਰਮਾਤਮਾ ਅੱਗੇ ਮਦਦ ਵਾਸਤੇ। ਔਰ ਤੁਸੀਂ ਪੁੱਛਦੇ ਹੋ ਮਾਤ ਲੋਕ ਦੇ ਹਾਲਾਤ, ਵੀ ਮਾਤ ਲੋਕ 'ਤੇ ਕੀ ਬੀਤ ਰਹੀ ਹੈ, ਤੁਸੀਂ ਤਾਂ ਬੈਠੇ ਹੋ ਇੱਥੇ ਪਹਾੜਾਂ ਦੀਆਂ ਕੰਧਰਾਂ 'ਚ ਛੁਪ ਕੇ, ਤੁਹਾਨੂੰ ਕੀ ਚਿੰਤਾ ਹੈ, ਪਏ ਲੋਕ ਅਗਿਆਨਤਾ ਦੇ ਹਨੇਰੇ 'ਚ ਠੇਡੇ ਖਾਂਦੇ ਰਹਿਣ, ਜਦੋਂ ਤੁਹਾਨੂੰ ਜ਼ਰੂਰਤ ਪਵੇਗੀ ਜਾ ਕੇ ਆਪਣੇ ਚੇਲਿਆਂ ਦੇ ਪਾਸੋਂ ਬਟੋਰ ਕੇ ਧਨ ਉਹਨਾਂ ਦੇ ਪਾਸੋਂ ਲੈ ਕੇ ਆਪਣੀਆਂ ਭੇਟਾਵਾਂ, ਤੁਸੀਂ ਫਿਰ ਆ ਕੇ ਪਰਬਤਾਂ 'ਤੇ ਇੱਥੇ ਆਪਣੇ ਡੇਰੇ 'ਚ ਮਾਰ ਲੈਣੇ ਨੇ, ਤੁਹਾਨੂੰ ਕੀ ਚਿੰਤਾ ਹੈ ਸੰਸਾਰ ਦੀ, ਸਾਰੇ ਸੰਗਤ ਦੇਖੋ ਫਰਕ ਹੈ। ਹੁਣ ਜਿਨ੍ਹਾਂ ਦੇ ਚਿੱਤ ਵਿੱਚ ਕਰੁਣਾ ਹੈ ਉਹਨਾਂ ਦੇ ਪਾਸੋਂ ਸੰਸਾਰ ਦਾ ਦੁੱਖ ਬਰਦਾਸ਼ਤ ਨਹੀਂ ਹੁੰਦਾ, ਜਦੋਂ ਸੜਦੀ ਦੇਖਦੇ ਨੇ ਦੁਨੀਆਂ ਨੂੰ ਵਿਕਾਰਾਂ ਦੀ ਅੱਗ ਦੇ ਵਿੱਚ। ਬਾਬਾ ਵੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੱਸੇ ਆਈ, ਦੱਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਿਹੜੀ ਜ਼ਰੂਰਤ ਪਈ ਸੀ ਆਪਣੇ ਸੁੱਖ ਆਰਾਮ ਛੱਡਣ ਦੀ, ਬੜੀ ਵਧੀਆ ਸਰਕਾਰੀ ਨੌਕਰੀ ਸੀ, ਬੜੀ ਇੱਜ਼ਤ ਸੀ ਸਰਕਾਰੀ ਦਰਬਾਰੇ ਜਾਤਕਾਂ ਦੀ, ਉਹਨਾਂ ਦੇ ਮੋਦੀ ਖਾਂਦੇ ਗਏ ਭੀੜ ਜੁੜੀ ਰਹਿੰਦੀ ਸੀ, ਬੜਾ ਅੱਛਾ ਪਰਿਵਾਰ, ਮਾਤਾ ਸੁਲੱਖਣੀ ਜੀ, ਦੋ ਚੰਦ ਵਰਗੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਔਰ ਬਾਬਾ ਲਖਮੀ ਦਾਸ ਜੀ, ਬੜੇ ਅੱਛੇ ਸੰਬੰਧੀ ਭਈਆ ਜੈ ਰਾਮ ਜੀ ਜੈਸੇ, ਬੜਾ ਸਨਮਾਨ ਬੜਾ ਸਤਿਕਾਰ ਸਮਾਜ ਦੇ ਵਿੱਚ, ਜਿੱਧਰੋਂ ਦੀ ਲੰਘਦੇ ਲੋਕ ਕਹਿੰਦੇ ਉਹ ਜਾਂਦਾ ਹੈ ਨਵਾਬ ਦੌਲਤ ਖਾਂ ਦਾ ਮੋਦੀ ਨਾਨਕ, ਬੜਾ ਉਦਾਰ ਚਿੱਤ ਹੈ, ਬੜੇ ਸੁੱਖ ਆਰਾਮ ਸਨ, ਕਿਹੜੀ ਜ਼ਰੂਰਤ ਪਈ ਸੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸੁੱਖ ਆਰਾਮ ਛੱਡਣ ਦੀ। ਸਰ ਸੰਗਤ ਕਿਉਂਕਿ ਉਹਨਾਂ ਦੇ ਚਿੱਤ ਵਿੱਚ ਕਰੁਣਾ ਸੀ, ਕਰੁਣਾ ਸਿੱਧਾ ਵਾਂਗ ਪਹਾੜਾਂ ਦੀਆਂ ਗੁਫਾਵਾਂ ਵਿੱਚ ਕੰਧਰਾਂ ਵਿੱਚ ਛੁਪ ਕੇ ਨਹੀਂ ਬੈਠੇ, ਵੀ ਜਦੋਂ ਜੀ ਕੀਤਾ ਮਾਤ ਲੋਕ 'ਤੇ ਆ ਗਏ
ਆਪਣੇ ਚੇਲਿਆਂ ਦੇ ਪਾਸੋਂ ਆਪਣੀਆਂ ਭੇਟਾਵਾਂ ਲੈਣ ਵਾਸਤੇ, ਆਪਣੀ ਪੂਜਾ ਪ੍ਰਤਿਸ਼ਠਾ ਕਰਾਉਣ ਵਾਸਤੇ ਜਦੋਂ ਚਿਤ ਕੀਤਾ ਮਾਰੀ ਉਡਾਰੀ ਸੁਮੇਰ ਪਰਬਤ 'ਤੇ ਪਹੁੰਚ ਗਏ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀ ਕੀਤਾ, ਸੰਸਾਰ ਦੀ ਹਾਲਤ ਬਹੁਤੀ ਨਾਜ਼ੁਕ ਦੇਖ ਕੇ ਸਾਧ ਸੰਗਤ ਸੰਸਾਰ ਦੇ ਕਸ਼ਟ ਨਿਵਾਰਨ ਵਾਸਤੇ ਆਪਣੇ ਸੁੱਖ ਆਰਾਮ ਛੱਡ ਦਿੱਤੇ। ਬਾਬਾ ਵੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਸਿਆਈ, ਬਾਝੋਂ ਗੁਰੂ ਗੁਬਾਰ ਹੈ 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 ਕਰਦੀ ਫਿਰੈ ਲੁਕਾਈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਰ ਲਿਆ ਕਮਰ ਕਸਾ ਸੰਸਾਰ ਦੇ ਉਧਾਰ ਵਾਸਤੇ। ਹੁਣ ਸਿੱਧਾ ਵਾਂਗ ਉਹ ਸੁਮੇਰ ਦੀ ਸੈਰ ਕਰਨ ਵਾਸਤੇ ਨਹੀਂ ਚੱਲੇ, ਉਹ ਤਾਂ ਚੱਲੇ ਨੇ ਕੂੜ ਅਮਾਵਸ ਵਰਤਰੇ ਵਰਤਿਆ ਹੋਂ ਭਾਲਣ ਚੜਿਆ ਸੰਸਾਰਾ। ਪਾਓ ਤੇਰਾ ਭਾਂਗ ਖਲੜੀ ਮੇਰਾ ਚੇਤ, ਮੈਂ ਦੇਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮਾਂਗੋ ਨੀਤਾ ਨੀਰ। ਤਾਓ ਦਰਸ਼ਨ ਕੀ ਕਰੋ ਸਮਾਏ, ਮੈਂ ਅੰਦਰ ਮਾਂਗਤ ਭੀਖਿਆ ਪਾਏ। ਉਹ ਤਾਂ ਚੱਲਦੇ ਨੇ ਦੇਵਤਿਆਂ ਦਰਸ਼ਨ ਕਹਿ ਤਾਈ, ਉਹ ਸਾਰ ਸੰਗਤ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਨੋਰਥ ਸੰਸਾਰ ਛੱਡਣ ਦਾ ਕੋਈ ਹੋਰ ਸੀ। ਹਾਂ, ਉਹਨਾਂ ਨੇ ਸੰਸਾਰ ਦੀ ਹਾਲਤ ਬਹੁਤ ਹੀ ਨਾਜ਼ੁਕ ਦੇਖ ਕੇ ਕੇਵਲ ਆਪਣੀ ਵੱਲੋਂ ਪੁਰਸ਼ਾਰਥ ਹੀ ਨਹੀਂ ਕੀਤਾ, ਸੱਤਾਂ ਦੀਪਾਂ ਨਵਾਂ ਖੰਡਾਂ ਵਿੱਚ ਵਿਚਰ ਕੇ ਸੜਦੀ ਬਲਦੀ ਦੁਨੀਆਂ ਨੂੰ ਨਾਮ ਦੇ ਠੰਡੇ ਛੱਟਿਆਂ ਦੁਆਰਾ ਸ਼ਾਂਤ ਹੀ ਨਹੀਂ ਕੀਤਾ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕੀਤੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤੈ ਲਿਹੋ ਉਬਾਰ। ਸਤਿਗੁਰੂ ਸੁੱਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਝਹੀ ਹਰ ਬਿਨ ਬਖਸ਼ਣਾ। ਵਾਹਿਗੁਰੂ ਜਗਤ ਜਲੰਦਾ ਰੱਖ ਲੈ, ਵਾਹਿਗੁਰੂ ਜਗਤ ਜਲੰਦਾ ਰੱਖ ਲੈ, ਵਾਹਿਗੁਰੂ ਜਗਤ ਜਲੰਦਾ ਰੱਖ ਲੈ। ਹਜੇ ਆਪਣੀ ਕਿਰਪਾ ਧਾਰ, ਹਾਂ ਆਪਣੀ ਕਿਰਪਾ ਧਾਰ ਪਿਆਰੇ, ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ, ਪਿਆਰੇ ਆਪਣੀ ਕਿਰਪਾ, ਹਾਂ ਆਪਣੀ ਕਿਰਪਾ ਧਾਰ, ਜਗਤ ਜਲੰਦਾ ਰੱਖ ਲੈ। ਆਪਣੀ ਕਿਰਪਾ ਧਾਰ,
ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਤੁਸੀਂ ਮਾਤ ਲੋਕ ਦਾ ਵਰਤਾਰਾ ਪੁੱਤ ਰਹੇ ਹੋ, ਤੁਹਾਨੂੰ ਤਾਂ ਪਰਵਾਹ ਹੀ ਕੋਈ ਨਹੀਂ। ਆ ਕੇ ਬੈਠ ਗਏ ਉੱਥੇ ਪਹਾੜਿਆਂ ਦੇ ਕੰਦਰਿਆਂ ਵਿੱਚ, ਪਿਆ ਸੰਸਾਰ ਵਿਕਾਰਾਂ ਦੀ ਅੱਗ ਵਿੱਚ ਸੜਦਾ ਰਹੇ, ਸਿੱਧ ਛੱਪ ਬੈਠੇ ਪਰਬਤੀ। ਦੱਸੋ ਹੁਣ ਸੰਸਾਰ ਦੀ ਬਾਂਹ ਕੌਣ ਫੜੇਗਾ? ਈਰਖਾ ਤ੍ਰਿਸ਼ਨਾ ਚਿੰਤਾ ਦੀ ਅੱਗ ਵਿੱਚ ਸੜਦੀ ਦੁਨੀਆ ਨੂੰ ਕੌਣ ਦੇਵੇਗਾ ਸ਼ਾਂਤੀ? ਕੌਣ ਜਗਤ ਕੋ ਪਾਰ ਉਤਾਰਾ? ਖੈਰ, ਫਿਰ ਸਾਰ ਸਿੰਘ ਜਦੋਂ ਸਿੱਧਾ ਨੇ ਦੇਖਿਆ ਨਾ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਖਸੀਅਤ ਤੋਂ ਬੜੇ ਪ੍ਰਭਾਵਿਤ ਹੋਏ। ਬੜਾ ਤੇਜ਼ ਹੈ ਅਤੇ ਬਾਲਕਾ, ਵੀ ਜੇ ਕਿਤੇ ਸਾਡੇ ਮਤ ਵਿੱਚ ਆ ਜਾਵੇ ਨਾ, ਅਤੇ ਸਾਰੇ ਸੰਸਾਰ 'ਤੇ ਸਾਡਾ ਮਤ ਪ੍ਰਚਲਿਤ ਕਰ ਦੇਵੇਗਾ। ਫਿਰ ਉਹਨਾਂ ਨੇ ਆਪਸ ਦੇ ਵਿੱਚ ਵਿਚਾਰ ਕੀਤੀ, ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਲੇਵੈ ਇਹ ਬਾਲਾ। ਜਿਸ ਤਰ੍ਹਾਂ ਆਪਾਂ ਜੇ ਦੂਸਰੇ ਨੂੰ ਪ੍ਰੇਰਨਾ ਹੋਵੇ ਨਾ ਭਾਈ ਗੁਰਮਤਿ ਦੇ ਦਾਇਰੇ ਅੰਦਰ ਆਉਣ ਵਾਸਤੇ, ਆਪਾਂ ਕਹਿੰਦੇ ਵੀ ਅੰਮ੍ਰਿਤ ਛਕ ਲੈ, ਜਿਹੜੀ ਸਿੱਧਾਂ ਦੀ ਮਰਿਆਦਾ, ਉਹ ਕਹਿੰਦੇ ਦਰਸ਼ਨ ਲੈਣਾ ਜਾਂ ਦੀਖਿਆ ਲੈਣੀ ਹੈ ਗੋਰਖ ਦੇ ਪਾਸੋਂ। ਵੀ ਜੇ ਕਿਤੇ ਇਹ ਗੋਰਖ ਦੇ ਪਾਸੋਂ ਦੀਖਿਆ ਲੈ ਲਵੇ, ਗੋਰਖ ਦਾ ਮਤ ਧਾਰਨ ਕਰ ਲਵੇ, ਐਸਾ ਜੋਗੀ ਕਲੀ ਮਾਹੇ ਹਮਰਾ ਪੰਥ ਕਰੇ ਉਹਦੀ ਆਲਾ, ਸਾਰੇ ਸੰਸਾਰ 'ਤੇ ਸਾਡਾ ਪੰਥ ਪ੍ਰਚਲਿਤ ਹੋ ਜਾਵੇਗਾ। ਜਿਹੜੇ ਗੋਪੀ ਚੰਦ, ਭਰਥਰੀ, ਘੁੱਗੂਨਾਥ ਇਤਿਹਾਸਕ ਜਿਹੜੇ ਸਮਝਦਾਰ ਸਿਆਣੇ ਸਿਆਣੇ ਸਿੱਧ ਸਨ, ਉਹਨਾਂ ਨੇ ਬਥੇਰਾ ਉਹਨਾਂ ਨੂੰ ਵਰਜਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਸੂਰਜ ਨੂੰ ਦੀਵਾ ਨਾ ਦਿਖਾਓ, ਇਹ ਕੋਈ ਸਾਧਾਰਨ ਹਸਤੀ ਨਹੀਂ, ਇਹ ਤਾਂ ਸੰਸਾਰ ਦੇ ਉਧਾਰ ਵਾਸਤੇ ਨਿਰੰਕਾਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਸਰੂਪ ਵਿੱਚ ਪ੍ਰਗਟ ਕੀਤਾ। ਪਰ ਜਿਹੜੇ ਬਹੁਤੇ ਉਤਾਵਲੇ ਸਨ, ਉਹ ਕਹਿਣਗੇ ਨਹੀਂ, ਅਸੀਂ ਤਾਂ ਜ਼ਰੂਰ ਯਤਨ ਕਰਾਂਗੇ ਆਪਣੀਆਂ ਸ਼ਕਤੀਆਂ ਦਿਖਾ ਕੇ, ਉਹਨਾਂ ਨੂੰ ਆਪਣੀ ਸ਼ਕਤੀ ਆਪਣੀ ਅਜ਼ਮਤ ਦੁਆਰਾ ਕਾਇਲ ਕਰਾਂਗੇ। ਫਿਰ ਸਾਰੀ ਸੰਗਤ ਉਹਨਾਂ ਨੇ ਗੋਰਖ ਨੂੰ ਬੇਨਤੀ ਕੀਤੀ। ਗੋਰਖ ਨੇ ਵੀ ਪਹਿਲਾਂ ਤਾਂ ਆਪਣੀ ਵੱਲੋਂ ਯਤਨ ਕੀਤਾ, ਪਰ ਫਿਰ ਸੋਚਿਆ ਵੀ ਇਹਨਾਂ ਨੂੰ ਉਨੀ ਦੇਰ ਤੱਕ ਯਕੀਨ ਨਹੀਂ ਆਵੇਗਾ। ਆਮ ਕਹਾਵਤ ਹੈ, ਮੱਛੀ ਪੱਥਰ ਚੱਟ ਕੇ ਹੀ ਮੁੜਦੀ ਹੈ। ਜਦੋਂ ਤੱਕ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਕਤੀ ਦੇਖਦੇ ਨਹੀਂ, ਇਹਨਾਂ ਨੂੰ ਅੱਛੀ ਤਰ੍ਹਾਂ ਨਿਰਣੇ ਨਹੀਂ ਹੋ ਸਕੇਗਾ। ਖੱਪਰ ਦਿੱਤਾ ਨਾਥ ਜੀ, ਹੁਣ ਜਦੋਂ ਵਾਰਤਾਲਾਪ ਅਜੇ ਚਰਚਾ ਸ਼ੁਰੂ ਵੀ ਨਹੀਂ ਹੋਈ, ਗੋਰਖ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇੱਕ ਲੋਟਾ ਦਿੱਤਾ। ਨਾਨਕ ਜੀ, ਉਹ ਸਾਹਮਣੇ ਤਾਲਾਬ ਹੈ, ਉੱਥੇ ਜਾ ਕੇ ਇਹ ਲੋਟਾ ਪਾਣੀ ਦਾ ਭਰ ਲਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਕੋਈ ਹੁਜਤ ਨਾ ਕੀਤੀ, ਚੱਲ ਪਏ ਲੋਟਾ ਲੈ ਕੇ। ਜਦੋਂ ਪਹੁੰਚੇ ਤਾਲਾਬ ਦੇ ਉੱਪਰ, ਖੱਪਰ ਦਿੱਤਾ ਨਾਥ ਜੀ, ਪਾਣੀ ਭਰ ਲਿਆ, ਬਨੁੱਟ ਚੱਲਦਾ, ਬਾਬਾ ਆਇਆ ਪਾਣੀ ਹੈ। ਉੱਥੇ ਦੇਖਿਆ ਕਿ ਡਿੱਠੇ ਰਤਨ ਜਵਾਹਰ ਲਾਲਾ, ਬੜੇ ਕੀਮਤੀ ਰਤਨ ਜਵਾਹਰ ਪੰਨੇ ਪੁਖਰਾਜ ਜਗਮਗ ਜਗਮਗ ਕਰ ਰਹੇ ਨੇ। ਪਾਣੀ ਲੈਣ ਵਾਸਤੇ ਗਏ ਸਨ, ਪਾਣੀ ਉੱਥੇ ਹੈ ਨਹੀਂ, ਵਾਪਸ ਆ ਗਏ। ਉਹ ਖਾਲੀ ਲੋਟਾ ਗੋਰਖ ਦੇ ਸਾਹਮਣੇ ਰੱਖ ਦਿੱਤਾ। ਨਾਨਕ ਜੀ, ਇਹ ਤੁਸੀਂ ਲੋਟਾ ਖਾਲੀ ਲੈ ਆਏ ਹੋ? ਬਾਬੇ ਆਖਿਆ, ਨਾਥ ਜੀ ਪਾਣੀ ਠਾਉੜ ਨਾ ਹੀ ਤਾਂ ਤਾਲਾ, ਵੀ ਤੁਸੀਂ ਤਾਂ ਕਿਹਾ ਸੀ ਉੱਥੇ ਤਾਲਾਬ ਪਾਣੀ ਨਾਲ ਲਬਾ ਲਬ ਭਰਿਆ ਹੋਇਆ, ਤੁਹਾਡਾ ਵਚਨ ਤਾਂ ਝੂਠ ਨਿਕਲਿਆ, ਅਸੀਂ ਪਾਣੀ ਲੈਣ ਗਏ ਸੀ, ਪਾਣੀ ਦੀ ਉੱਥੇ ਇੱਕ ਬੂੰਦ ਵੀ ਨਹੀਂ ਸੀ, ਇਸ ਕਰਕੇ ਆ ਪਿਆ ਖਾਲੀ ਲੋਟਾ, ਸਾਂਭੋ। ਗੋਰਖ ਤਾਂ ਚੁੱਪ ਰਿਹਾ, ਇਹਦੇ ਚੇਲੇ ਕਹਿਣ ਲੱਗੇ, ਨਾਨਕ ਜੀ ਫਿਰ ਉੱਥੇ ਹੋਰ ਕੀ ਦੇਖਿਆ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ, ਦੇਖਣਾ ਕੀ ਸੀ ਉੱਥੇ? ਦੇਖੀ ਤੁਹਾਡੀ ਮਾਇਆ, ਜੋ ਕੁਝ ਤੁਸੀਂ ਹੁਣ ਤੱਕ ਖੱਟਿਆ ਹੈ, ਜਿਹੜੇ ਮੋਤੀਆਂ ਦੇ ਥਾਲ ਭਰ ਭਰ ਕੇ ਪਹਿਲਾਂ ਦਾਨ ਕਰਦੇ ਸੀ, ਉਹਨਾਂ ਵਿੱਚ ਫੇਰ ਫਸ ਗਏ। ਤੁਹਾਡੇ ਪਾਸ ਹਜ਼ਾਰਾਂ ਮੁਰਬਾਂ ਮੀਲਾਂ ਵਿੱਚ ਰਾਜ, ਬੜੀਆਂ ਸੁੰਦਰ ਰਾਣੀਆਂ, ਹਾਥੀ ਘੋੜਿਆਂ ਦੇ ਤਬੇਲੇ, ਹੀਰੇ ਲਾਲ ਜਵਾਹਰਾਤਾਂ ਦੇ ਖਜ਼ਾਨੇ,
ਜੇ ਇਹੋ ਕੁਝ ਘਟਨਾ ਸੀ ਤਾਂ ਤੁਹਾਨੂੰ ਪਹਿਲਾਂ ਹੀ ਪ੍ਰਾਪਤ ਸਨ। ਫਿਰ ਕੰਨ ਪੜਵਾ ਕੇ ਇਹ ਯੋਗ ਮਤ ਇਹ ਗੋਰਖ ਦਾ ਮਤ ਧਾਰਨ ਕਰਕੇ ਹਾਸਲ ਕੀ ਕੀਤਾ? ਹੁਣ ਸਾਰੇ ਸੰਗਤ ਬਸ ਉਹੋ ਹੀ ਵਿਚਾਰਾਂ ਦਾ ਆਦਾਨ ਪ੍ਰਦਾਨ ਸ਼ੁਰੂ ਹੋ ਗਈ ਗਿਆਨ ਚਰਚਾ। ਅਗਮ ਅਗਾਰ ਸਤਿਗੁਰੂ ਕਿਹੜਾ ਝੱਲੇ ਗੁਰ ਕੀ ਝਾਲਾ। ਫਿਰ ਸਾਰੇ ਸੰਗਤ ਉੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਸ਼ਬਦ ਜਿੱਤੀ ਸਿੱਧ ਮੁੱਢਲੀ। ਉੱਥੇ ਡਾਂਗ ਸੋਟੇ ਦੀ ਲੜਾਈ ਨਹੀਂ ਹੋਈ। ਕਿਵੇਂ? ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿਗਵਿਜੈ ਕੀਤੀ। ਦਿਗਵਿਜੈ ਹੇਤ ਸਾਜ ਬੇਦੀ ਕੁਲਕੇਤ ਦਲ ਚੱਲੇ ਦੰਭ ਦਲ ਨੇ ਕੋ ਦਲਨ ਵਿਦਾਰਿਆ। ਸ਼੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਕਥਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਆਸਰੀ ਗੁਣਾਂ ਉੱਪਰ ਫਤਿਹ ਹਾਸਲ ਕਰਨ ਵਾਸਤੇ ਸ਼ੁਭ ਗੁਣਾਂ ਦੀ ਸੈਨਾ ਲੈ ਕੇ ਚੱਲੇ ਨਾ, ਹੁਣ ਸੈਨਾ ਦੇ ਪਾਸ ਹਥਿਆਰ ਵੀ ਹੁੰਦੇ ਨੇ, ਝੰਡੇ ਵੀ ਝੂਲਦੇ ਨੇ, ਨਗਾਰੇ ਵੀ ਵੱਜਦੇ ਨੇ। ਭਗਤੀ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ ਕੀਰਤ ਨਿਸ਼ਾਨੋ ਕਹਿਰਾਨੋ ਕੰਨ ਭਾ ਰਿਹਾ। ਭਗਤੀ ਦਾ ਝੰਡਾ ਜਿਹਦੇ ਉੱਪਰ ਪ੍ਰੇਮ ਦਾ ਵਸਤਰ ਫਹਿਰਾ ਰਿਹਾ, ਪਰਮੇਸ਼ਰ ਦੀ ਕੀਰਤੀ ਦੇ ਨਗਾਰੇ ਵੱਜ ਰਹੇ ਨੇ ਮੈਨੂੰ ਅੱਗੇ ਅੱਗੇ। ਕਿਹੜੇ ਹਥਿਆਰ ਨੇ ਉਹਨਾਂ ਦੇ ਪਾਸ? ਬੰਦੂਕਾਂ ਨਹੀਂ, ਤੋਪਾਂ ਨਹੀਂ, ਗਿਆਨ ਕੋ ਖੜਗ ਧਰ, ਗਿਆਨ ਦੀ ਤਲਵਾਰ ਹੈ, ਗਿਆਨ ਦੀ ਖੜਗ। ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ, ਔਰ ਜੁਗਤ ਦਾ ਧਨੁਸ਼ ਹੈ। ਫਿਰ ਉਹਦੇ ਉੱਪਰ ਚਾੜੇ ਜਾਣ ਵਾਲੇ ਤੀਰ, ਨਾਨਾ ਦ੍ਰਿਸ਼ਟਾਂਤ ਲੀਨ ਸਿਲੀ ਮੁਖ ਧਾਰਿਆ। ਗੁਰਬਾਣੀ ਦੇ ਪ੍ਰਮਾਣ ਸ਼ਬਦ ਇਹ ਮਾਨੋ ਤੀਰ ਨੇ ਉਸ ਜੁਗਤ ਦੀ ਕਮਾਨ ਉੱਪਰ ਚਾੜ ਕੇ ਛੱਡੇ ਜਾਣ ਵਾਲੇ। ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ, ਨਾਨਾ ਦ੍ਰਿਸ਼ਟਾਂਤ ਲੀਨ ਸਿਲੀ ਮੁਖ ਧਾਰਿਆ। ਔਰ ਕਿਤੇ ਕਿਤੇ ਜਿੱਥੇ ਪਾਖੰਡ ਦਾ ਪਾਪ ਦਾ ਬਹੁਤਾ ਮਜ਼ਬੂਤ ਕਿਲ੍ਹਾ ਦੇਖਦੇ ਨੇ, ਆਪਣੀ ਮੌਜ ਦੇ ਵਿੱਚ ਆ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਹਥਿਆਰ ਹੋਰ ਵੀ ਵਰਤ ਦਿੰਦੇ ਨੇ। ਜਿੱਥੇ ਤੀਰ ਨਾ ਚੱਲੇ, ਤਲਵਾਰ ਕੰਮ ਨਾ ਕਰੇ, ਫਿਰ ਉੱਥੇ ਕਈ ਵਾਰ ਕੋਈ ਆਕੀ ਹੋ ਕੇ ਬੈਠ ਜਾਵੇ ਨਾ ਕਿਲ੍ਹੇ ਦੇ ਵਿੱਚ, ਉੱਥੇ ਤੀਰ ਤਲਵਾਰ ਐਵੇਂ ਬਸ ਉਹ ਉੱਥੇ ਵਿਅਰਥ ਹੀ ਹੁੰਦੇ ਨੇ। ਉੱਥੇ ਕਈ ਵਾਰ ਤੋਪ ਦੀ ਲੋੜ ਪੈਂਦੀ ਹੈ, ਤੋਪ। ਜਹਾਂ ਡਿਢ ਕੋਟ, ਜਿੱਥੇ ਪਾਖੰਡ ਦਾ ਪਾਪ ਦਾ ਬਹੁਤਾ ਮਜ਼ਬੂਤ ਕਿਲ੍ਹਾ ਹੋਵੇ, ਫਿਰ ਉੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਹਥਿਆਰ ਵਰਤ ਲੈਂਦੇ ਨੇ। ਤਾਂ ਕਰਾਮਾਤ ਤੋਪ ਸੰਗ ਢਾਹੇ ਕੇ ਮੈਦਾਨ ਕੀਨ ਮਿਲੇ ਅਰ ਹਾਰਿਆ। ਬਾਬੇ ਦੀ ਤਲੀ ਸਦਾ ਵਾਲੀ ਮੰਡਲੀ ਸ਼ਬਦਾਂ ਦੇ ਬਾਣ ਮਾਰ ਗਏ। ਬਾਬੇ ਦੀ ਤਲੀ ਸਦਾ ਵਾਲੀ ਮੰਡਲੀ ਆ ਸ਼ਬਦਾਂ ਦੇ ਬਾਣ ਮਾਰ ਗਏ। ਬਾਬੇ ਜਿੱਤ ਲਈ ਗਈ ਸਦਾ ਵਾਲੀ ਮੰਡਲੀ ਸਭ ਦਾਦੇ ਬਾਣ ਮਾਰ ਗਏ।
ਸੰਗਤ ਉੱਥੇ ਵਿਚਾਰਾਂ ਦਾ ਸ਼ਬਦਾਂ ਦਾ ਆਦਾਨ ਪ੍ਰਦਾਨ ਹੋ ਰਿਹਾ। ਸ਼ਬਦ ਜਿੱਤੀ ਸਿੱਧ ਮੰਡਲੀ, ਸਿੱਧ ਪ੍ਰਸ਼ਨ ਕਰੀ ਜਾ ਰਹੇ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਤਰ ਦੇ ਰਹੇ ਨੇ। ਖੈਰ ਜੇ ਉਹ ਆਪਾਂ ਵਿਚਾਰ ਕਰ ਰਹੇ ਸੀ ਨਾ ਸਿੱਧ ਗੋਸ਼ਟ ਦੇ ਵਿੱਚ ਜਿਹੜੀ ਚਰਚਾ, ਉਹ ਹੇਤ ਚਰਚਾ, ਸਿੱਧ ਪ੍ਰਸ਼ਨ ਕਰਦੇ ਨੇ ਉਹ ਵੀ ਬੜੀ ਲਿਆਕਤ ਦੇ ਨਾਲ, ਖਾਸ ਕਰਕੇ ਜਿਹੜੇ ਪ੍ਰਸ਼ਨ ਉਸ ਪਵਿੱਤਰ ਬਾਣੀ ਦੇ ਵਿੱਚ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜ਼ਿਕਰ ਕੀਤੇ ਨੇ। ਬੜਾ ਸੁਹਿਰਦ ਔਰ ਬੜਾ ਆਨੰਦਮਈ ਵਾਤਾਵਰਣ ਹੈ। ਚਰਪਟ ਨਾਥ ਪੁੱਛ ਰਿਹਾ ਹੈ, ਮਹਾਰਾਜ ਦੱਸੋ ਇਹ ਸੰਸੇ ਦਾ ਸਮੁੰਦਰ ਜਿਹਦਾ ਇੱਕ ਉਰਲਾ ਕੰਢਾ ਅਗਿਆਨਤਾ ਦਾ ਔਰ ਪਾਰਲਾ ਕੰਢਾ ਪ੍ਰਭੂ ਮਿਲਾਪ ਦਾ ਹੈ, ਇਹ 'ਚ ਸੰਸੇ ਦਾ ਪਾਣੀ ਹੈ, ਆਸਾ ਤ੍ਰਿਸ਼ਨਾ ਚਿੰਤਾ ਦੀਆਂ ਲਹਿਰਾਂ ਉੱਠਦੀਆਂ ਨੇ, ਅਵਿਦਿਆ ਅਸਮਤਾ ਰਾਗ ਦੁਵੈਸ਼ ਅਭਿੰਨ ਵੇਸ਼ ਇਤਿਆਰਕ ਮਗਰਮੱਛ ਜੀਵ ਨੂੰ ਨਿਗਲਣ ਵਾਸਤੇ ਤਿਆਰ ਬੈਠੇ ਨੇ, ਕਾਮ ਕਰੋੜ ਦੇ ਤੂਫਾਨ ਭਰਮਾਂ ਦੀਆਂ ਘੁੰਮਣ ਘੇਰੀਆਂ ਨੇ ਇਸ ਸੰਸਾਰ ਦੇ ਸਮੁੰਦਰ ਦੇ ਵਿੱਚ, ਇਹਨੂੰ ਤਰਨਾ ਤਾਂ ਬੜਾ ਔਖਾ ਹੈ, ਦੁਨੀਆ ਸਾਗਰ ਦੁੱਤਰ ਤਰੀ ਹੈ, ਕਿਉਂ ਕਰ ਪਾਈ ਹੈ ਪਾਰੋ? ਮਹਾਰਾਜ ਦੱਸੋ ਕਿਰਪਾ ਕਰਕੇ ਵੀ ਤੁਹਾਡੇ ਮਤ ਦੇ ਅਨੁਸਾਰ ਇਸ ਤੋਂ ਪਾਰ ਕਿਵੇਂ ਪਹੁੰਚਿਆ ਜਾ ਸਕਦਾ, ਸੰਸਾਰ ਸਾਗਰ ਨੂੰ ਕਿਵੇਂ ਤਰਿਆ ਜਾ ਸਕਦਾ। ਚਰਪਟ ਬੋਲਦਾ ਓਧੂ ਨਾਨਕ ਦੇਹੋ ਸੱਚਾ ਵਿਚਾਰੋ, ਮਹਾਰਾਜ ਆਪਣਾ ਵਿਚਾਰ ਦੱਸੋ, ਆਪਣਾ ਮਤ ਮਰਿਆਦਾ ਦੇ ਵਿੱਚ ਰਹਿ ਕੇ ਚਰਪਟਨਾਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪ੍ਰਸ਼ਨ ਕਰ ਰਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਜਾਣਦੇ ਨੇ ਚਰਪਟਨਾਥ ਦੀ ਭਾਵਨਾ, ਨਾਥ ਜੀ ਤੁਹਾਨੂੰ ਤਾਂ ਦੱਸਣ ਦੀ ਜ਼ਰੂਰਤ ਹੀ ਨਹੀਂ, ਆਪੇ ਆਖਿਆ ਆਪੇ ਸਮਝਿਆ, ਤਿਸ ਕਿਆ ਉੱਤਰ ਦੀਜੈ? ਉੱਤਰ ਤਾਂ ਉਹਨੂੰ ਦੇਈਦਾ ਜਿਹਨੂੰ ਇਹਦੀ ਬਾਬਤ ਜਾਣਕਾਰੀ ਨਾ ਹੋਵੇ। ਤੁਹਾਡੇ ਉੱਪਰ ਤਾਂ ਪਹਿਲਾਂ ਹੀ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੈ, ਤੁਸੀਂ ਤਾਂ ਭਲੀ ਪ੍ਰਕਾਰ ਇਸ ਗੱਲ ਨੂੰ ਸਮਝਦੇ ਹੋ। ਜਿਸ ਤਰ੍ਹਾਂ ਬਾਬਾ ਬੁੱਢਾ ਜੀ ਨੂੰ ਮੁਖਾਤਬ ਹੋ ਕੇ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵਚਨ ਕੀਤਾ ਸੀ, ਬਾਬਾ ਬੁੱਢਾ ਜੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚੰਨਣ ਜਾ ਕੇ ਬੇਨਤੀ ਕੀਤੀ, ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤ ਜੋਤ ਸਮਾ ਗਏ ਨੇ, ਤੁਹਾਨੂੰ ਸੰਗਤਾਂ ਦੀ ਬਾਂਹ ਪਕੜਾ ਕੇ ਗਏ ਨੇ, ਤੁਸੀਂ ਇੱਥੇ ਭੋਰੇ ਵਿੱਚ ਛੁਪ ਕੇ ਬੈਠ ਗਏ ਹੋ, ਹੁਣ ਸੰਗਤਾਂ ਨੂੰ ਗੁਰਬਾਣੀ ਦਾ ਸਦ ਉਪਦੇਸ਼ ਕੌਣ ਦੇਵੇਗਾ? ਆਪ ਕਿਰਪਾ ਕਰੋ, ਸੰਗਤਾਂ ਦੀ ਬਾਂਹ ਪਕੜੋ। ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣਗੇ, ਬਾਬਾ ਜੀ ਅਸੀਂ ਤਾਂ ਅਜੇ ਇਸ ਦਿਸ਼ਾ ਵਿੱਚ ਹੀ ਨਹੀਂ, ਅਜੇ ਤੱਕ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੱਚਖੰਡ ਜਾਣ ਦਾ ਵਿਯੋਗ ਸਾਡੇ ਪਾਸੋਂ ਤੋਂ ਤਾਂ ਅਜੇ ਉਹੋ ਹੀ ਬਰਦਾਸ਼ਤ ਨਹੀਂ ਹੋ ਰਿਹਾ ਜਿਸ ਪਿਆਰੇ ਅਸੀਂ ਉਹਨੇ ਹੋਂ ਤਿਸ ਆਗੈ ਮਰ ਚੱਲੀ ਹੈ। ਸਾਨੂੰ ਤਾਂ ਆਪਣਾ ਜੀਵਨ ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ, ਇਹ ਵੈਰਾਗ ਦੀ ਦਿਸ਼ਾ ਹੈ। ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹ ਨਾ ਉਪਜੈ ਸੋ ਤਨ ਜਾਣ ਮਸਾਣ। ਉਹ ਸਾਰੇ ਸੰਗ ਜਿਨ੍ਹਾਂ ਦੇ ਅੰਦਰ ਇਹ ਬਿਰਹਾ ਹੈ ਨਾ, ਵਿਛੋੜਾ ਸੁਣੇ ਡੁੱਕ ਵਿੰਡ ਡਿੱਠੇ ਮਰਿਓਦ ਬਾਜ ਪਿਆਰੇ ਆਪਣੇ ਬਿਰਹੀ ਨਾ ਧੀਰੋ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸਤਰ ਚੰਗਾ ਪੱਟ ਖੇੜਿਆਂ ਦਾ ਰਹਿਣਾ। ਬਾਬਾ ਬੁੱਢਾ ਜੀ ਨੇ ਫਿਰ ਬੇਨਤੀ ਕੀਤੀ, ਮਹਾਰਾਜ ਤੁਹਾਡੇ ਮੋਢਿਆਂ 'ਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜ਼ਿੰਮੇਵਾਰੀ ਦਾ ਇੰਨਾ ਵੱਡਾ ਭਾਰ ਰੱਖਿਆ ਹੈ, ਜੇਕਰ ਤੁਹਾਡੇ ਮਨ ਦੀ ਦਿਸ਼ਾ ਐਸੀ ਹੈ ਫਿਰ ਬਾਕੀ ਸੰਗਤ ਦਾ ਕੀ ਬਣੇਗਾ, ਇਹਨਾਂ ਦੀ ਬਾਂਹ ਕੌਣ ਪਕੜੇਗਾ? ਸੋ ਆਪ ਕਿਰਪਾ ਕਰੋ, ਇਹ ਕਲਯੁੱਗ ਦਾ ਸਮਾਂ ਹੈ, ਇਹ ਕਲਯੁੱਗ ਦਾ ਸਮਾਂ ਹੈ, ਅਤੇ ਧਾਨਾਂ ਦੀ ਖੇਤੀ ਵਾਂਗ ਜੇ ਨਾਮ ਬਾਣੀ ਦਾ ਪਰਚਾ ਨਿਰੰਤਰ ਬਣਿਆ ਹੀ ਰਹੇ, ਧਾਨ ਤਾਂ ਤਾਂ ਪੱਕਦੇ ਨੇ ਜੇ ਉਹਨਾਂ 'ਚ ਪਾਣੀ ਖੜ੍ਹਾ ਹੀ ਰਹੇ। ਇਸੇ ਤਰ੍ਹਾਂ ਕਲਯੁੱਗ ਦੇ ਸਮੇਂ 'ਤੇ ਨਾਮ ਬਾਣੀ ਦਾ ਸ਼ਬਦ ਦਾ ਪਰਚਾ ਨਿਰੰਤਰ ਬਣਿਆ ਰਹੇ ਤਾਂ ਹੀ ਜੀਵ ਦੀ ਕਲਿਆਣ ਹੋ ਸਕਦੀ ਹੈ।
ਸੋ ਆਪ ਕਿਰਪਾ ਕਰੋ ਸੰਗਤਾਂ ਨੂੰ ਗੁਰਮਤਿ ਦਾ ਪਵਿੱਤਰ ਉਪਦੇਸ਼ ਦ੍ਰਿੜ ਕਰਵਾ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣਗੇ ਬਾਬਾ ਜੀ ਉਪਦੇਸ਼ ਕਿਹਨੂੰ ਦੇਈਏ, ਤੁਹਾਡੇ ਉੱਪਰ ਤਾਂ ਪਹਿਲਾਂ ਹੀ ਵੱਡੇ ਸਤਿਗੁਰਾਂ ਦੀ ਬਖਸ਼ਿਸ਼ ਹੈ। ਦੇਖਿਆ ਆਖ ਬੁਝਾਇਆ ਸਿਫਤੀ ਸਤ ਸਮੇਓ ਤਿੰਨ ਕਹੋ, ਕਿਆ ਉਪਦੇਸ਼ੀ ਆ ਜਿਹਨ ਗੁਰੂ ਨਾਨਕ ਦਿਓ, ਤੁਹਾਨੂੰ ਉਪਦੇਸ਼ ਦੇਈਏ, ਤੁਹਾਡੇ ਉੱਪਰ ਤਾਂ ਪਹਿਲਾਂ ਹੀ ਗੁਰੂ ਨਾਨਕ ਦੀ ਬਖਸ਼ਿਸ਼ ਹੈ। ਇੱਧਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਚਰਪਟ ਨਾਥ ਨੂੰ ਕਹਿ ਰਹੇ ਨੇ, ਨਾਥ ਜੀ ਤੋਂ ਤੁਸੀਂ ਤਾਂ ਪਹਿਲਾਂ ਹੀ ਇਸ ਗੱਲ ਨੂੰ, ਇਸ ਭੇਦ ਨੂੰ ਭਲੀ ਪ੍ਰਕਾਰ ਸਮਝਦੇ ਹੋ, ਆਪੇ ਆਖੇ ਆਪੇ ਸਮਝੈ, ਇਸ ਕਿਆ ਉੱਤਰ ਦੀਜੈ, ਸਾਤ ਕਹੋ ਤੂੰ ਪਾਰ ਤੁਮ ਪਾਰ ਗ੍ਰਾਮੀ, ਤੁਝ ਕਿਆ ਬੈਸਣ ਦੀਜੈ। ਫਿਰ ਨਿਮਰਤਾ ਦੇ ਘਰ ਵਿੱਚ ਆ ਕੇ ਆਦ ਦੀਨ ਹੋ ਕੇ ਚਰਪਟ ਨਾਥ ਨੇ ਬੇਨਤੀ ਕੀਤੀ, ਕਿਉਂਕਿ ਹੇਤ ਚਰਚਾ ਹੋ ਰਹੀ ਹੈ ਨਾ, ਮਹਾਰਾਜ ਠੀਕ ਹੈ ਅਸੀਂ ਆਪ ਦੀ ਮੁਬਾਰਕ ਆਪ ਦੀ ਪਵਿੱਤਰ ਰਸਨਾ ਤੋਂ ਇਸ ਪ੍ਰਸ਼ਨ ਦਾ ਉੱਤਰ ਸੁਣਨਾ ਚਾਹੁੰਦੇ ਹਾਂ। ਦੇਖੋ ਲਿਆਕਤ ਸੰਤ ਮਿਲੈ ਕਿਛ ਸੁਣੀਐ, ਸੁਣਨ ਦੀ ਪੇਸ਼ ਹੈ ਸਰ, ਕਹਿਣ ਦੀ ਲਿਆਕਤ ਸੁਣੀਐ ਕਹੀਐ। ਜਦੋਂ ਆਦਿਤ ਹੋ ਕੇ ਚਰਪਟ ਨਾਥ ਨੇ ਬੇਨਤੀ ਕੀਤੀ, ਫਿਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਤਰ ਦਿੱਤਾ, ਕਹਿੰਦੇ ਨਾਥ ਜੀ ਭਾਵੇਂ ਜ਼ਰੂਰਤ ਤਾਂ ਨਹੀਂ, ਪਰ ਜੇ ਹੁਣ ਤੁਸੀਂ ਵਾਰ ਵਾਰ ਪੁੱਛ ਰਹੇ ਹੋ ਫਿਰ ਸੁਣੋ ਇਸ ਦਾ ਉੱਤਰ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੈ, ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਪਾਣੀ ਤੋਂ ਨਿਰਲੇਪ ਰਹਿੰਦਾ। ਹੁਣ ਜੀਵਨ ਜਾਚ ਦੱਸ ਰਹੇ ਨੇ, ਜਿਸ ਕਿਸੇ ਨੇ ਵੀ ਸਿੱਖਣੀ ਹੋਵੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਮੁਖਾਤਬ ਹੋ ਕੇ ਚਰਪਟ ਨਾਥ ਨੂੰ ਔਰ ਉਹਨਾਂ ਸਿੱਧਾਂ ਨੂੰ, ਪਰ ਉਪਦੇਸ਼ ਪ੍ਰਾਣੀ ਮਾਤਰ ਵਾਸਤੇ, ਭਾਵੇਂ ਕਿਸੇ ਦੇ ਪ੍ਰਥਾਏ ਹੀ ਹੋਵੇ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਵੀ ਸੰਸਾਰ ਦੇ ਵਿੱਚ ਰਹਿ ਕੇ ਆਪਣੀ ਚਿੱਤਵਿਰਤੀ ਨੂੰ ਸੰਸਾਰ ਤੋਂ ਨਿਰਲੇਪ ਰੱਖਣਾ, ਮਾਇਆ ਵਿੱਚ ਰਹਿ ਕੇ ਆਪਣੀ ਚਿੱਤਵਿਰਤੀ ਨੂੰ ਮਾਇਆ ਤੋਂ ਉਪਰਾਮ ਰੱਖਣਾ, ਇਹ ਵਿਧੀ ਹੈ, ਇਹ ਜੁਗਤੀ ਹੈ, ਇਹ ਢੰਗ ਤਰੀਕਾ ਹੈ ਇਸ ਸੰਸਾਰ ਦੇ ਸਮੁੰਦਰ ਤੋਂ ਪਾਰ ਹੋਣ ਵਾਸਤੇ। ਸਾਡੇ ਮਤ ਦੇ ਅਨੁਸਾਰ ਇਹ ਸ਼ਬਦ ਰੂਪੀ ਜਹਾਜ਼ ਦੀ ਸਵਾਰੀ ਕਰਨੀ ਪਵੇਗੀ, ਆਪਣੀ ਸੁਰਤ ਨੂੰ ਗੁਰੂ ਕੇ ਸ਼ਬਦ ਰੂਪੀ ਬੇੜੇ ਪਰ ਸਵਾਰ ਕਰਨਾ ਪਵੇਗਾ, ਭਾਵ ਸ਼ਬਦ ਦੇ ਨਾਲ ਜੋੜਨਾ ਪਵੇਗਾ। ਸੁਰਤ ਸ਼ਬਦ ਭਵ ਸਾਦਰ ਤਰੀਏ, ਸ਼ਬਦ ਦੇ ਆਸਰੇ ਸ਼ਬਦ ਰੂਪੀ ਜਹਾਜ਼ ਉੱਪਰ ਸਵਾਰ ਹੋ ਕੇ ਇਹ ਜੀਵ ਸੰਸਾਰੀ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ। ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣ, ਭਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਤਾ, ਤਿੱਥੇ ਤੂੰ ਸਮਰੱਥ। ਰੋਜ਼ ਆਪਾਂ ਪੜ੍ਹਦੇ ਹਾਂ ਸ੍ਰੀ ਰਹਿ ਰਾਜ ਸਾਹਿਬ ਦਾ ਪਾਠ ਕਰਨ ਵੇਲੇ, ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ, ਭਉ ਜਲ ਬਿਖਮ ਸੁਗਾਹ। ਇਹ ਭਵ ਜਲ ਇਹ ਸੰਸਾਰ ਸਾਗਰ, ਭਾਵੇਂ ਇਸ ਨੂੰ ਤਰਨਾ ਹੈ ਤਾਂ ਬੜਾ ਔਖਾ ਬੜਾ ਮੁਸ਼ਕਲ, ਪਰ ਇਹਦੇ ਤੋਂ ਵੀ ਪਾਰ ਲੰਘਿਆ ਜਾ ਸਕਦਾ ਹੈ। ਕਾਹਦੇ ਆਸਰੇ? ਭਉ ਜਲ ਬਿਖਮ ਸੁਗਾਹ, ਗੁਰ ਸ਼ਬਦੀ ਪਾਰ ਪਾਹੇ। ਹਾਂ, ਤਾਂ ਤਾਂ ਸਾਰ ਸੰਗਤ ਧਿਆਨ ਦਿਓ, ਗਿਆਨ ਚਰਚਾ ਜੋ ਚਰਚਾ ਦੇ ਭੇਦ ਆਪਾਂ ਜਿਨ੍ਹਾਂ ਦੀ ਬਾਬਤ ਪਹਿਲਾਂ ਵਿਚਾਰ ਕੀਤੀ, ਹੁਣ ਹੇਤ ਚਰਚਾ ਹੋ ਰਹੀ ਹੈ ਸਿੱਧਾਂ ਦੇ ਨਾਲ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਧ ਪ੍ਰਸ਼ਨ ਕਰਦੇ ਨੇ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਬਦਾਂ ਦੁਆਰਾ ਉੱਤਰ ਦੇਣ ਜਾ ਰਹੇ ਨੇ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ, ਪਰ ਨਤੀਜਾ ਕੀ ਕੱਢਿਆ? ਐਸੇ ਦੋਵੇਂ ਕਲਯੁੱਗ ਦਾ ਸਮਾਂ ਹੈ, ਇਸ ਕਲਯੁੱਗ ਦੇ ਸਮੇਂ ਵਿੱਚ ਪਹਿਲਿਆਂ ਯੁੱਗਾਂ ਵਾਲੇ ਸਾਧਨ ਫਲੀਭੂਤ ਨਹੀਂ ਹੋ ਸਕਦੇ। ਉਹ ਕਸ਼ਟਦਾਇਕ ਸਾਧਨ ਉਹ ਤਾਂ ਪਹਿਲੇ ਯੁੱਗਾਂ ਦੇ ਕਰਨ ਵਾਲੇ ਸਨ, ਜਤ ਸੰਜਮ ਤੀਰਥ ਉਹਨਾਂ ਯੁੱਗਾਂ ਦਾ ਧਰਮ ਹੈ। ਕਲਯੁੱਗ ਦੇ ਸਮੇਂ 'ਤੇ ਵਡਿਆਈ ਕਲ ਮੈਂ ਕੀਰਤ ਹਰਨਾਮਾ, ਪਰ ਨਤੀਜਾ ਭਾਈ ਗੁਰਦਾਸ ਜੀ ਅਖੀਰ ਵਿੱਚ ਜਾ ਕੇ ਕਥਨ ਕਰਦੇ ਨੇ, ਕਲਯੁੱਗ
ਨਾਨਕ ਨਾਮ ਸੁਖਾਲਾ ਕਲਯੁਗ ਨਾਨਕ ਨਾਮ ਸੁਖਾਲਾ ਨਾਨਕ ਨਾਮ ਸੁਖਾਲਾ ਕਲਯੁਗ ਨਾਨਕ ਨਾਮ ਸੁਖਾਲਾ ਸੁਖਾਲਾ ਕਲਯੁਗ ਨਾਨਕ ਨਾਮ ਸੁਖਾਲਾ ਨਾਨਕ ਨਾਮ ਸੁਖਾਲਾ ਕਲਯੁਗ ਨਾਨਕ ਨਾਮ ਸੁਖਾਲਾ ਸੁਖਾਲਾ ਕਲਯੁਗ ਨਾਨਕ ਨਾਮ ਸੁਖਾਲਾ ਨਾਨਕ ਨਾਮ ਸੁਖਾਲਾ ਕਲਯੁਗ ਨਾਨਕ ਨਾਮ ਸੁਖਾਲਾ ਇੱਥੋਂ ਅੱਗੇ ਪ੍ਰਕਰਨ ਹੁਣ ਆਪਾਂ ਕੱਲ੍ਹ ਸ਼ੁਰੂ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਭ ਗੁਰਮੁਖ ਮਾਈ ਭਾਈ ਸ੍ਰੀ ਆਨੰਦ ਸਾਹਿਬ ਔਰ ਗੁਰੂ ਸਤੋਤਰ ਦਾ ਗਾਇਨ ਕਰੋ, ਫਿਰ ਅਰਦਾਸ ਵਿੱਚ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਨਾ, ਪੂਰੀ ਸਮਾਪਤੀ ਹੋਣ ਤੋਂ ਬਾਅਦ ਪ੍ਰੇਮ ਦੇ ਨਾਲ ਆਪਣੇ ਘਰਾਂ ਨੂੰ ਚਾਲੇ ਪਾਉਣੇ। ਸਤਿਕਾਰਯੋਗ ਸੰਤ ਬਾਬਾ ਕਸ਼ਮੀਰਾ ਸਿੰਘ ਜੀ, ਉਹ ਵੀ ਸੰਗਤਾਂ ਦੇ ਪ੍ਰੇਮ ਵੱਸ ਹੋ ਕੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ। ਇਹ ਥੋੜ੍ਹਾ ਜਿਹਾ ਸੰਕੋਚ ਕਰ ਗਏ ਜਾਂ ਤਾਂ ਖੇਚਲ ਮੰਨੀ, ਇਹਨਾਂ ਨੇ ਵੀ ਕੀਰਤਨ ਕਰਨਾ ਪਵੇਗਾ, ਲੇਟ ਆਏ ਸ਼ਾਇਦ ਜਾਣ ਕੇ, ਇਸ ਕਰਕੇ ਇਹਨਾਂ ਨੂੰ ਸਜ਼ਾ ਪਾਏ ਲਾਵਾਂਗੇ। ਆਉਣ ਵਾਲੇ ਦਿਨਾਂ ਵਿੱਚ ਜਿਸ ਦਿਨ ਵੀ ਇਹਨਾਂ ਦੇ ਕੋਲ ਸਮਾਂ ਹੋਵੇ, ਭਾਵੇਂ ਕੱਲ੍ਹ ਭਾਵੇਂ ਪਰਸੋਂ, ਜਦੋਂ ਵੀ ਵਕਤ ਹੋਵੇ, ਆ ਕੇ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਔਰ ਗੁਰਮਤਿ ਦੀਆਂ ਵਿਚਾਰਾਂ ਦੁਆਰਾ ਕਿਰਤਾਰਥ ਕਰਨ। ਆਓ ਹੁਣ ਤੱਕ ਸ਼ਬਦ ਵਿੱਚ ਬੋਲ ਕੇ ਜਿਹੜੇ ਗੁਰਮੁਖ ਮਾਈ ਭਾਈ ਆਪਣੀ ਰਸਨਾ ਪਵਿੱਤਰ ਨਹੀਂ ਕਰ ਸਕੇ, ਉਹ ਹੁਣ ਸ੍ਰੀ ਆਨੰਦ ਸਾਹਿਬ ਔਰ ਗੁਰੂ ਸਤੋਤਰ ਦਾ ਗਾਇਨ ਕਰਕੇ ਆਪਣੀ ਰਸਨਾ ਪਵਿੱਤਰ ਬਣਾਉਣ।